ਇਹ ਪਿਓਰ ਜਰਸੀ ਕੋਈ ਹਲਕਾ ਜਿਹਾ ਟੱਚ ਹੋ ਸਕਦਾ ਅੱਗੋਂ ਦੋਸਤ ਖੁਦ ਹੀ ਫੈਸਲਾ ਕਰ ਲੈਣੇ ਕਿ ਮਾਸ਼ਾਅੱਲਾ ਦੋਸਤ ਵੇਖਣੇ ਗੱਬੜ ਇਹ ਜੋ ਜੋਟੀ ਹੈ ਨਾ ਹਮਾਰੀ ਅੱਲਾਹ ਕੀ ਰਹਿਮਤ ਸੇ ਕਿਸੀ ਕੇ ਘਰ ਵੀ ਜਾਏਗੀ ਨਾ ਯਾਦ ਕਰੇਗਾ ਕੋਈ ਹਮ ਕਿਆ ਬੋਲਾ ਹਮਨੇ ਨਫਾ ਨਹੀਂ ਲੈਣਾ ਨਫਾ ਨਹੀਂ ਲੈਣਾ ਜਾ ਮਰਨ ਨਾਲ ਅੱਗੇ ਵੀ ਨਫਾ 5-7 ਹਜ਼ਾਰ ਲਈਦਾ ਉਹ ਵੀ ਨਹੀਂ ਲੈਣਾ ਜੋਟੀ ਗਲਤ ਜੋਟੀ ਹਮਾਰੀ ਗਲਤ ਹੋਏ ਹਮ ਜ਼ਿੰਮੇਦਾਰ ਹੋਵੇ ਅਸਲਾਮ ਵਾਲੇਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਅੱਜ ਜੁਮੇਰਾਤ ਦਾ ਤੇ ਇਸ ਟਾਈਮ ਸਿਆਲਕੋਟ ਦੇ ਜ਼ਿੰਦਾ ਦਿਲ ਵਪਾਰੀ ਤੇ ਨੀਲੀ ਦੇ ਸ਼ਿਕਾਰੀ ਮੋਹਸਨ ਬਾਜਵਾ ਸਾਹਿਬ ਦੇ ਡੇਰੇ ਤੋਂ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਭਾਈ ਮੋਹਸਨ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ 8 ਖੂਬਸੂਰਤ ਪਿਓਰ ਨੀਲੀ ਦੀਆਂ ਝੋਟੀਆਂ ਇਸ ਤੋਂ ਇਲਾਵਾ 4 ਖੂਬਸੂਰਤ ਅਸਲੀ ਤੇ ਨਸਲੀ ਗਾਵਾਂ ਵੀ ਲੈ ਕੇ ਆਏ ਨੇ ਕਮ ਅਜ਼ ਕਮ ਕੀਮਤ ਜੀ 2,55,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਆ ਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਦੇ ਆ ਭਾਈ ਮੋਹਸਨ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਫਰਾਜ਼ ਭਾਈ ਖਰੀਦ ਤੇ ਸਿਹਤ ਠੀਕ ਹੈ ਜੀ ਭਾਈ ਮੋਹਸਨ ਅੱਲਾਹ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਿਆਦਾ ਕਰਮ ਹੈ ਤੁਸੀਂ ਸੁਣਾਓ ਠੀਕ ਹੋ ਸਭ ਹੈਰੀਅਤ ਹੈ ਅੱਲਾਹ ਦਾ ਬੜਾ ਆਸਾਨ ਜੇ ਅੱਲਾਹ ਨੇ ਮੌਜਾਂ ਲਾਈਆਂ ਸਭ ਖੈਰ ਖਰੀਦ ਤੇ ਅੱਲਾਹ ਦਾ ਸ਼ੁਕਰ ਜੇ ਤੁਸੀਂ ਆਪਣੀ ਸੁਣਾਓ ਜੀ ਉਹਦੀ ਜ਼ਿਆਦਾ ਬੜਾ ਕਰਮ ਹੈ ਸ਼ੌਕ ਅੱਛਾ ਕਰਾਂਦੇ ਹੋ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਫ ਨੇ ਤੇ ਵੀਡੀਓ ਮਾਸ਼ਾਅੱਲਾ ਜੀ ਤੁਹਾਡੀ ਕਾਫੀ ਚੱਲਦੀ ਹੈ ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਸਾਹਿਬ ਜੀ ਸਾਡੀ ਕਾਹਦੀ ਵੀਡੀਓ ਹੈ ਇਹ ਸਾਡਿਆਂ ਭਰਾਵਾਂ ਦੀ ਵੀਡੀਓ ਹੈ ਜਿਹੜਾ ਸਾਡੀ ਵੀਡੀਓ ਵੇਖਦੇ ਨੇ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਉਹਨਾਂ ਦਾ ਹੀ ਬੜੇ ਮਸ਼ਹੂਰ ਹਾਂ ਅਤੇ ਅੱਲਾਹ ਦੀ ਰਹਿਮਤ ਨਾਲ ਭਰਾਵਾਂ ਦੇ ਸ਼ੌਕ ਹੁੰਦੇ ਨੇ ਪਏ ਸਾਡੇ ਵੀ ਨਾਲ ਸ਼ੌਕ ਨੇ ਉਹ ਉਹਨਾਂ ਦੀ ਵਜ੍ਹਾ ਨਾਲ ਸ਼ੌਕ ਹੁੰਦੇ ਨੇ ਜਿਹੜਾ ਸਾਡਾ ਮਾਲ ਆਉਂਦਾ ਪਸੰਦ ਕਰਦੇ ਨੇ ਅਤੇ ਆਪ ਹੀ ਲੈਂਦੇ ਨੇ ਅੱਲਾਹ ਦੀ ਮਿਹਰਬਾਨੀ ਨਾਲ ਫਰਾਜ਼ ਭਾਈ ਪਿਛਲੀ ਵੀਡੀਓ ਬਣਾਈ ਅਤੇ ਅੱਲਾਹ ਪਾਕ ਦੀ ਮਿਹਰਬਾਨੀ ਨਾਲ ਸਾਰਾ ਹੀ ਮਾਲ ਵਿਕ ਗਿਆ ਸੀ ਜਿਹੜੀਆਂ ਝੋੜੀਆਂ 2 ਚੰਗੀਆਂ ਨਾ ਨਾਮੀ 1 ਚੋਰੀ ਨਦੀਮ ਗੜਗੋਰਾਂ ਵਾਲੇ ਨੇ ਖੜੀ ਸੀ ਠੀਕ ਹੈ ਜਿਹੜੀ ਵੱਡੇ ਲਿਬਾਸ ਵਾਲੀ ਝੋਟੀ ਸੀ ਸੂਈ ਸੀ ਉਸ ਦਿਨ ਇੱਕ ਝੋਟੀ ਮੇਰੀ ਗਈ ਹੈ ਵੱਡੇ ਲਿਬਾਸ ਵਾਲੇ ਜਿਹਦਾ 5-70 ਮੁੱਲ ਕੀਤਾ ਸੀ ਚਾਚੋਵਾਲ ਪਿੰਡ ਦਾ ਨਾਂ ਹੈ ਬਾਬਾ ਦੂਰ ਉਹਨਾਂ 2 ਝੋਟੀਆਂ ਖੜੀਆਂ ਮੇਰੇ ਕੋਲ ਰਾਤੀ ਗਈਆਂ ਜੇ ਨਾਲੇ ਉਹਨਾਂ ਦੀ ਸੇਵਾ ਕੀਤੀ ਸੀ ਡੇਰੇ ਡੰਡੇ 'ਤੇ ਬੈਠੇ ਉਹਨਾਂ ਨੇ ਆਖਿਆ ਪੁੱਤਰ ਮਜ਼ਾ ਆ ਗਿਆ ਤੇਰੇ ਕੋਲ ਆਉਣ ਦਾ ਅਤੇ ਮਜ਼ੇ ਕਾਹਦੇ ਅੱਲਾਹ ਪਾਕ ਦੀ ਜ਼ਾਤ ਦਾ ਇੰਨਾ ਕਰਮ ਹੈ ਅਤੇ ਲੋਕ ਇੰਨਾ ਕੁ ਪਿਆਰ ਕਰਦੇ ਨੇ ਸਾਡੇ ਨਾਲ ਐਸੇ ਵੀ ਲੋਕ ਨੇ ਜਿਹੜੇ ਆਏ ਨਹੀਂ ਸਾਡੇ ਕੋਲ ਅਤੇ ਮਾਸ਼ਾਅੱਲਾ ਮਾਲ ਸਾਡੇ ਤਮਾਦ 'ਤੇ ਲੈ ਗਏ ਨੇ ਅਤੇ ਕੁਝ ਐਸੇ ਬੰਦੇ ਨੇ ਜਿਹੜੇ ਆਏ ਨੇ ਅਤੇ ਮਾਸ਼ਾਅੱਲਾ ਉਹਨਾਂ ਆਖਿਆ ਕਿ ਵਾਕਈ ਕਿਸੇ ਖਾਨਦਾਨ ਕੋਲ ਆਏ ਹਾਂ ਖਾਨਦਾਨੀ ਬੰਦੇ ਕੋਲ ਆਏ ਹਾਂ ਅੱਲਾਹ ਦੀ ਰਹਿਮਤ ਨਾਲ ਹਰ ਚੀਜ਼ ਜੋ ਅਸਬੇ ਤਫੀਕ ਸੀ ਅਸਾਂ ਨੇ ਮਾਸ਼ਾਅੱਲਾ ਹਰ ਚੀਜ਼ ਉਹਨਾਂ ਨੂੰ ਖਵਾ ਕੇ ਲਾਇਆ ਅਤੇ ਅੱਲਾਹ ਦੀ ਰਹਿਮਤ ਨਾਲ ਹੁਣ ਵੀ ਮਾਲ ਆਉਂਦਾ ਪਹਿਲੀਆਂ ਝੋਟੀਆਂ ਨੇ ਵਿੱਚ ਮਾਸ਼ਾਅੱਲਾ ਗਾਵਾਂ ਨੇ ਇੱਕ ਗਾਂ ਮੇਰੇ ਕੋਲ ਜਰਸੀ ਹੈ ਉਹ ਜਿਹੜਾ ਕੱਚੀ ਹੈ ਉਹ ਵੀ ਉਹ ਭਰਾਵਾਂ ਦੇ ਸ਼ੌਕ ਕਰਾਉਣੇ ਨੇ ਉਹ ਵੀ ਦੇਣੇ ਨੇ ਹੋਰ ਮੇਰੇ ਕੋਲ 2 ਵੈਰੀਆਂ ਅੱਲਾਹ ਦੇ ਹੁਕਮ ਨੇ ਕੱਲ੍ਹ ਵੈਰੀ ਸੂਈ ਹੈ ਭਰਾ ਵੇਖਣ ਪਹਿਲੇ ਜਾਨਵਰ ਤੋਂ ਲੱਗ ਕੇ ਅਤੇ ਐਂਡ ਤੱਕ ਵੇਖਣ ਇਨਸ਼ਾਅੱਲਾ ਰੇਟ ਵੀ ਮਕੂਲ ਹੋਣਗੇ ਅਤੇ ਵੱਧ ਤੋਂ ਵੱਧ ਜਾਨਵਰ ਹੋਣਗੇ ਅਤੇ ਫਰਾਜ਼ ਭਾਈ ਸ਼ੌਕ ਕਰਾਓ ਅੱਲਾਹ ਦੇ ਹੁਕਮ ਨਾਲ ਵੈਰੀ ਮਿਲ ਜਾਂ ਜੀ ਗਾਵਾਂ ਤੋਂ ਸੋਰੀ ਮੱਝਾਂ ਤੋਂ ਸ਼ੁਰੂ ਕਰ ਲਵੋ ਟਾਈਮ ਸ਼ਾਰਟ ਹੈ ਅਤੇ ਮੱਝਾਂ ਜ਼ਰਾ ਰਿਜ਼ਲਟ ਕਲੀਅਰ ਆਏ ਦਾ ਉਹਨਾਂ ਦਾ ਗਾਵਾਂ ਬਾਅਦ ਚੈੱਕ ਕਰਾਂਗੇ ਵੈਰੀਆਂ ਚੈੱਕ ਕਰੋ ਚਲੋ ਜੀ ਤੁਹਾਡੀ ਮਰਜ਼ੀ ਲਓ ਭਾਈ ਗਾਵਾਂ ਸ਼ੁਰੂ ਕਰ ਲਓ ਚਲੋ ਜਾਵੇ ਚਲੋ ਜਾ ਤਹਿਸੀਲ ਪਸਰੂਰ ਹੈ ਜ਼ਿਲ੍ਹਾ ਸਿਆਲਕੋਟ ਹੈ ਜੀ ਅਤੇ ਫਲੋਰੇ ਚੌਂਕ ਦੇ ਬਿਲਕੁਲ ਹੀ ਨਜ਼ਦੀਕ ਹੈ ਭਾਈ ਮੁਸਨ ਸਾਹਿਬ ਦਾ ਇਹ ਡੇਰਾ ਮਜੀਦ ਦਾ ਨੰਬਰ ਸਕਰੀਨ ਤੇ ਆ ਰਹੇ ਨੇ ਜੀ ਭਾਈ ਮੁਸਨ ਆ ਚੈੱਕ ਕਰੋ ਮਾਸ਼ਾਅੱਲਾ ਜੀ ਵੈਰ ਨੰਬਰ 1 ਆ ਗਈ ਪਹਿਲੇ ਸੂਏ ਵੈਰੀ ਤੇ ਮਾਸ਼ਾਅੱਲਾ ਵੇਖੋ ਸ਼ਰਾਫਤ ਮਾਸ਼ਾਅੱਲਾ ਜੀ ਮੇਰੀ ਵੈਰੀ ਦਾ ਕੱਦ ਵੇਖਣਾ ਥਣ ਵੇਖਣਾ ਮੁੱਠੀ ਹੋਏਗਾ ਅੱਲਾ ਦੇ ਹੁਕਮ ਨਾਲ ਠੀਕ ਹੈ ਇਹਨੂੰ ਭਾਵੇਂ ਗੱਬਨ ਨੂੰ ਪਏ ਚੋਵੋ ਜ਼ਿੰਦਾਬਾਦ ਥਾਨ ਹੋਏਗਾ ਤੇ ਵੇਖੋ ਸ਼ਰਾਫਤ ਗੱਬਨ ਹੋ ਕੇ ਸ਼ਰਾਫਤ ਦੋਸਤਾਂ ਵੇਖਣੀ ਹੈ ਸੁਆ ਪਹਿਲਾ ਸੁਣੇ ਪਹਿਲਾ ਸੁਆ ਫਰਾਜ਼ ਦਾ ਕਿੰਨੇ ਦੰਦੇ ਸੁਆ ਨਾ ਹੋਏ ਤੇ ਇੱਕ ਵਾਰੀ ਇੱਕ ਵੀ ਨਹੀਂ ਰੁਪਈਆ ਲੈਣਾ ਕਿੰਨੇ ਦੰਦੇ ਭਾਈ ਮੁਸਨ ਹੈ
ਚੌਗੀ ਲੱਗਣ ਦੇ ਫਰਾਜ਼ ਭਾਈ, ਚੌਗੀ ਲੱਗਦੀ ਹੈ ਭਾਈ, ਕਾਦਾ ਵਾਰੇ ਸਾਊ ਹੈ ਮਾਸ਼ਾਅੱਲਾ ਜੀ, ਸ਼ਰਾਫਤ ਦੋਸਤਾਂ ਚੈੱਕ ਕਰਾਈ ਮਾਸ਼ਾਅੱਲਾ ਫਰਾਜ਼ ਭਾਈ, ਭਲਵਾਨ ਵੈਲੀ ਅੱਲਾ ਦੇ ਹੁਕਮ ਨਾਲ ਮਾਸ਼ਾਅੱਲਾ ਜੀ, ਨਬੀ ਦੇ ਸਦਕੇ ਨਾਲ ਤੋਰਾ ਭਾਈ ਖੁੱਲੋ ਜਰਾ, ਤੇ ਸ਼ਰਾਫਤ ਦਿੰਜ ਜਈ ਮਜ ਤੇ ਜਈ ਗਾਈ, ਠੀਕ ਹੈ ਜੀ, ਇਹ ਵੀ ਚੁੰਗੀ ਹੈ, ਹਾਈਟ ਵੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ, ਪ੍ਰਿੰਟ ਵੀ ਜ਼ਬਰਦਸਤ ਹੈ, ਹੁਸਨ ਚੈੱਕ ਕਰਨਾ, ਚੰਗੀ ਕਾਦਾ ਵਾਰੇ ਸ਼ਰਾਫਤ ਭਾਈ ਨਾਲ ਚੈੱਕ ਕਰਾਈਏ, ਐਂ ਜੀ ਭਾਈ ਲੰਮੀ ਜੀ ਇੱਧਰ ਨੂੰ ਟੋਰਨੀ ਹੈ, ਦਿਨ ਕਿੰਨੇ ਕੁ ਲੈ ਰਹੀ ਹੈ ਭਾਈ ਮਸਨ ਹੈ ਰਾਜ ਭਾਈ, ਅੱਲਾ ਦੀ ਮਿਹਰਬਾਨੀ ਨਾਲ ਵੈਰੀ ਮੇਰੀ ਜਦੋਂ ਪਿਊੜੀ ਤਿਆਰ ਹੋਈ ਨਾ, ਅਜੇ ਵੈਰੀ ਮੇਰੀ ਕੱਚੀ ਹੈ, ਮਾਲਕਾਂ ਦੇ ਹਿਸਾਬ ਨਾਲ ਵੀ ਇਹਦੇ ਤਕਰੀਬਨ 10 ਦਿਨ ਰਹਿੰਦੇ ਨੇ ਸੂਨ 'ਚ, ਤਕਰੀਬਨ 10 ਕੁ ਦਿਨ ਲੈਂਦੀ ਵੀ, ਜਿਹੜੇ ਦਿਨ ਦੱਸੇ ਜਾਣੀ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ, ਸੁਬਹਾ ਪਹਿਲਾ ਸੁਣਾ ਮਾਸ਼ਾਅੱਲਾ ਜੀ ਚੌਗੀ ਹੁੰਦੀ ਹੈ ਵੀ ਕਾਦਾ ਵਾਰੇ, ਰਵੇਲ ਵੀ ਕਾਫੀ ਹੈ, ਹਾਈਟ ਵੀ ਚੰਗੀ ਹੈ, ਮੇਰੀ ਵੈਰੀ ਦਾ ਪੂਰਾ ਸ਼ੌਕ ਕਰਾਉਣਾ ਜੀ, ਮੈਂ ਪੂਰੇ ਸ਼ੌਕ ਨਾਲ ਵੈਰੀ ਲਈ ਦੀ ਮਾਸ਼ਾਅੱਲਾ ਜੀ ਭਾਈ, ਲਿਆਓ ਜੀ ਪ੍ਰਤਾਪ ਕੇ, ਚੀਜ਼ ਦੀ ਸ਼ੌਕੀਆ ਸਮਝੇ ਨਜ਼ਰ ਆਉਂਦੀ ਹੈ ਭਾਈ, ਇਹ ਵੀ ਚੰਗੀ ਹੈ, ਥਣ ਵੀ ਸੋਹਣੇ ਲੱਗੇ ਨੇ, ਸਾਊ ਹੈ ਮਾਸ਼ਾਅੱਲਾ ਜੀ, ਚਿਹਰਾ ਵੀ ਦੋਸਤਾਂ ਵੇਖਣਾ ਕੀ ਨਸਲ ਹੈ ਭਾਈ ਮਸਨ ਦੀ ਫਰਾਜ਼ ਭਾਈ, ਨਸਲ ਅਸੀਂ ਵੀ ਭਰਾਵਾਂ ਆ ਰਹਾ ਸ਼ੌਕ ਹੀ ਕਰਨੇ ਆ ਪਏ, ਨਸਲ ਭਰਾ ਸਾਡੇ ਆਪ ਹੀ ਵੇਖ ਲੈਣ, ਇੱਕ ਗੱਲ ਤਾਂ ਨਸਲ ਦੱਸ ਕੇ ਤੇ ਪਏ ਗੱਲਾਂ ਸੁਣੀਏ, ਨਸਲ ਦਾ ਸਾਨੂੰ ਨਹੀਂ ਪਤਾ, ਕੁਝ ਵੈਰੀ ਸਾਡੀ ਜੀ ਦੇ ਘਰ ਜਾਏਗੀ ਅੱਲਾ ਦੇ ਹੁਕਮ ਨਾਲ, ਕੋਈ ਬੰਦਾ ਵੇਚੇਗਾ ਨਾ ਐਂ ਦੀ ਸ਼ਰਾਫਤ, ਜ਼ਿੰਦਾਬਾਦ, ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਪਹਿਲਵਾਨ ਪਹਿਲਾਂ ਨੇ ਕੋਈ ਛੋਟਾ ਕੱਦ ਨਹੀਂ, ਥਣ ਵੀ ਸੋਹਣੇ ਲੱਗੇ ਨੇ, ਆ ਵੀ ਸਾਊ ਹੈ, ਦਿਨ ਤਕਰੀਬਨ 10 ਕਿਲੇ ਦੀ ਵੀ ਤੇ ਚੌਗੀ ਲੱਗੀ ਹੈ, ਜੀ ਭਾਈ ਮਸਨ ਸਾਹਿਬ ਕੀ ਰੇਟ ਹੈ ਜੀ ਵੈਰ ਨੰਬਰ 1 ਦਾ, ਜਿਹੜੇ ਬੰਦੇ ਕੋ ਵੈਰੀ ਲਈ ਹੈ ਨਾ, ਘਰ ਦੀ ਵੈਰੀ ਉਹਦੀ ਵੱਛੀ, ਅੱਲਾ ਦੀ ਮਿਹਰਬਾਨੀ ਨਾਲ ਪੂਰੇ ਫਾਰਮ ਦੀ ਵੱਛੀ ਹੈ, ਇਹਦੀ ਮਾਂ ਆਉਂਦਾ ਸੀ ਭਾਈ 24 ਕਿਲੋ ਦੁੱਧ ਦਿੰਦੀ ਹੈ, ਐਸ ਵੱਛੀ ਦੀ ਮਾਂ 24 ਕਿਲੋ ਦੁੱਧ ਦਿੰਦੀ ਅੱਲਾ ਦੇ ਹੁਕਮ, ਮਾਸ਼ਾਅੱਲਾ ਜੀ, ਕੀਮਤ ਕੀ ਹੈ ਜੀ ਨਬੀ ਦੇ ਸਦਕੇ ਨਾਲ, ਇਹਦੀ ਕੀਮਤ 3,60,000 ਰੁਪਈਆ, 3,60,000, ਬਿਲਕੁਲ ਜੀ, ਬਿਹਤਰ ਹੋ ਗਿਆ ਮਾਸ਼ਾਅੱਲਾ ਜੀ, ਨੰਬਰ 1 ਤੇ ਚੈੱਕ ਕਰਾਈਏ, ਕੀਮਤ ਡਿਮਾਂਡ 3,60 ਅੱਗੇ ਆ ਗਈ ਮਾਸ਼ਾਅੱਲਾ ਜੀ, ਨੰਬਰ 2 ਤੇ ਆ ਗਈ ਹੈ, ਥਣ ਸੋਹਣੇ ਲੱਗੇ ਨੇ, ਕਾਲੇ ਮਾਸ਼ਾਅੱਲਾ ਜੀ, ਮੁੱਠੀ ਥਣ ਨੇ, ਇਹ ਵੀ ਚੁੰਗੀ ਹੈ, ਰਵੇਲ ਕਾਫੀ ਲਿਆਓ ਭਾਈ ਜ਼ਰਾ ਖੁੱਲੀ ਜਗ੍ਹਾ ਤੇ, ਫਰਾਜ਼ ਭਾਈ ਗਾਵਾਂ ਗਾਵਾਂ ਹਰ ਕੋਈ ਕਰੇ, ਹਰ ਕਿਸੇ ਦੀ ਗਾਂ ਅੱਲਾ ਦੀ ਮਿਹਰਬਾਨੀ ਨਾਲ, ਵੈਰੀ ਦਾ ਲਿਬਾਸ ਵੇਖੋ, ਬੇਭਾਲ ਲਿਬਾਸ ਕੀਤਾ ਵੈਰੀ ਨੇ ਅੱਲਾ ਦੀ ਰਹਿਮਤ ਨਾਲ, ਪੂਰੀ ਮੈਦਾਨੀ 12 ਕਿਲੋ ਚਵਾਈ ਕੀਤੀ ਹੈ ਪਹਿਲੀ ਵੈਰੀ ਦੀ, ਇਹ ਕੀ ਇਹਦੀ ਚਵਾਈ ਹੋਈ ਹੈ ਪਹਿਲੀ ਚਵਾਈ ਜੇ 12 ਕਿਲੋ ਬੋਲੀ ਕੱਢੀ ਹੈ, ਸੁਬਾ ਕਿਨਵਾ ਸੂਈ ਹੈ ਜੀ ਫਰਾਜ਼ ਭਾਈ, ਦੂਜਾ ਸੂਆ ਸੂਈ ਹੈ ਵੈਰੀ, ਸੁਬਾ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ, ਜਰਸੀ ਤੇ ਕੋਈ ਕ੍ਰਾਸ ਹੈ ਵਿੱਚ ਫਰਾਜ਼ ਭਾਈ, ਵੈਰੀ ਮੇਰੀ ਲੈ ਵੰਗਾ ਚੋਂ ਲਗਾ ਲਾਏ ਹਾਲਾਤ, ਤੇ 1 ਰੁਪਈਆ ਵੀ ਨਹੀਂ ਲੈਣਾ ਬਾਦੋ ਕਰ ਪਿੱਛੇ ਬੱਚਾ ਦੇ, ਨਬੀ ਦੇ ਸਦਕੇ ਨਾ ਫੇ ਥਾਣ ਵੇਖੋ ਵੈਰੀ ਮੇਰੀ ਦਾ, ਮਾਸ਼ਾਅੱਲਾ ਜੀ, ਮੁੱਠੀ ਥਾਣ ਹੋਏਗਾ ਤੇ ਬੋਲ ਜੀ ਵੀ ਚਿੱਟਾ ਦੁੱਧ ਹੋਏਗਾ, ਇੱਕੀ ਦੀ ਚਵਾਈ ਹੋਈ ਹੈ ਮਾਸ਼ਾਅੱਲਾ ਜੀ, ਬੋਲੇ ਤੇ ਪਹਿਲੀ ਚਵਾਈ ਚ ਕੋਈ 12 ਕਿਲੋ ਬੋਲੀ ਕੱਢੀ ਹੈ ਤੇ ਥਣ ਸੋਹਣੇ ਮੁੱਠੀ ਨੇ, ਰਾਜ ਭਾਈ ਮੁੱਠੀ ਥਾਣਿਆ ਨਹੀਂ ਕਿ ਇੱਥੋਂ ਫੜ ਕੇ ਤੇ ਪਿੱਚ ਪਿੱਚ ਕਰਨਾ ਨਾ, ਇਹਨੂੰ ਬਸ ਫੁਹਾਰਾ ਹੀ ਚਲਾਉਣਾ ਵੇਖੋ, ਨੱਬੀ ਦੇ ਸਦਕੇ ਨਾ 1,000 ਚਵਾਈ ਹੋਏਗੀ ਗਾਂ ਦੀ, ਹਰ ਚਵਾਂ ਥਣਾ ਤੋਂ, ਜੇ ਇਹ ਨਹੀਂ ਕਿ ਫੁਹਾਰਾ ਆਏ ਤੇ ਕੱਜ ਛੱਡਣੀ, ਫੁਹਾਰਾ ਆਏ ਤੇ 1 ਰੁਪਈਆ ਵੀ ਨਹੀਂ ਲੈਣਾ ਕਿਸੇ ਕੋਲ, ਅੱਲਾ ਦੇ ਹੁਕਮ ਨਾਲ, ਸ਼ੀਲ ਸ਼ਰਾਫ ਗੱਲਾਂ ਹੀ ਛੱਡ ਦੋ, ਮੋਟੀਆਂ ਧਾਰਾਂ ਚਵਾਂ ਥਣਾ ਤੋਂ, ਜ਼ਿੰਦਾਬਾਦ, ਜਾ ਕੇ ਪਿੱਛੇ ਬੱਚਾ ਬੱਚਾ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ, ਬੱਚੀ ਮਾਸ਼ਾਅੱਲਾ ਜੀ, ਕਰਮਾਲੀਆਂ ਫਿਰ 2 ਹੀ ਹੋ ਗਈਆਂ ਜੀ, ਇਹ ਚੈੱਕ ਕਰੋ ਜੀ ਬੱਚੀ ਪੂਰੀ ਨਸਲੀ ਜਿੱਤੀ ਹੈ, ਬੱਚੀ ਦੇ ਕੰਨ ਵੀ ਦੋਸਤਾਂ ਵੇਖਣੇ ਨੇ, ਬੈਡ ਨੰਬਰ 2 ਸੁਬਾ ਦੂਸਰਾ ਸੂਈ ਮਾਸ਼ਾਅੱਲਾ ਜੀ, ਪਿੱਛੇ ਦੇ ਬੱਚੀ ਹੈ, ਜਰਸੀ ਦੇ ਰੰਗ ਵਿੱਚ ਚਲ ਗਾਜਾ ਕਲਾਸ ਹੋਣਾ, ਇਹ ਵੀ ਚੁੰਗੀ ਹੈ, ਥਣ ਸੋਹਣੇ ਮੁੱਠੀ ਲੱਗੇ ਨੇ, ਲਿਬਾਸ ਵੀ ਦੋਸਤਾਂ ਵੇਖ ਲੈਣਾ ਤੇ ਪੁੱਠਾ ਵੀ ਚੈੱਕ ਕਰਨਾ, ਠੀਕ ਭਾਈ, ਅੱਲਾ ਦੇ ਹੁਕਮ ਨਾਲ ਵੈਰੀ ਨੂੰ ਆਉਂਦਿਆਂ ਕੋ ਮੈਨੂੰ 4-5 ਦਿਨ ਹੋ ਗਏ ਨੇ, ਇੰਨਾ ਕੁ ਲਿਬਾਸ ਹੀ ਮੇਰੀ ਵੈਰੀ ਕੋ ਪਾਣੀ ਪੀਣ ਨਹੀਂ ਜਾਂਦੀ ਤੇ ਨਾ ਖਰੀਦਾ ਸੀ, ਖੁੱਲੀ ਦੇ ਉੱਤੇ ਇਹਨੂੰ ਪਾਣੀ ਡਾਇਆ ਹਾਂ, ਠੀਕ ਹੈ, ਫਿਰ ਇਹਦੀ ਚੁਆਈ ਕੀਤੀ ਹਾਂ ਤੇ ਫਿਰ ਇਹਨੇ ਜ਼ੋਰ ਸੁੱਟੀ, ਲੈ ਓਏ ਅੱਲਾ ਦੀ ਮਿਹਰਬਾਨੀ ਨਾਲ।
ਪੂਰੀ ਨਸਲੀ ਵੈਰੀ ਹੈ। ਜੇ ਕਿਸੇ ਭਰਾ ਦੇ ਜਿਹਦੇ ਵੀ ਘਰ ਜਾਏ ਵੈਰੀ ਅੱਲਾ ਦੇ ਹੁਕਮ ਨਾਲ ਵੀ ਚੁੰਗੀ ਹੈ, ਇਹ ਵੀ ਚੁੰਗੀ ਮਾਸ਼ਾਅੱਲਾ ਜੀ, ਚੁੰਗੀ ਫਰਾਜ਼ ਭਾਈ। ਠੀਕ ਹੈ ਜੀ, ਮੱਥੇ 'ਚ ਬੰਨ ਵੀ ਦੋਸਤਾਂ ਵੇਖਣਾ ਅਤੇ ਜਰਸੀ ਕਰਾਸ ਧੁਨੀ ਨਾ ਹੁੰਦੇ ਬਰਾਬਰ, ਇਹ ਥਣ ਸੋਹਣੇ ਲੱਗੇ ਨੇ ਪਿੱਛੇ ਦੇ ਬੱਚੀ ਹੈ। ਠੀਕ ਭਾਈ, ਲੰਮੀ ਢੋਲ ਕੇ ਲੈ ਚਲੋ ਜੀ, ਇੱਕੀ ਦੀ ਚਵਾਈ ਹੋਈ ਹੈ ਮਾਸ਼ਾਅੱਲਾ ਜੀ ਭਾਈ। ਜਿਹੜਾ ਜਾਨਵਰ ਪਹਿਲੀ ਚਵਾਈ ਕਰੇ ਨਾ 12 ਕਿਲੋ 10 ਕਿਲੋ ਉਹ ਮਾਲਕ 'ਚ ਕਮੀ ਹੋਏ, ਇੱਥੇ ਬੰਨ ਲਓ ਇੱਥੇ ਬੰਨ ਚਲੋ, ਮਾਲਕ 'ਚ ਕਮੀ ਹੋਏ ਤੇ ਉਹਨਾਂ ਦੁੱਧ ਨਹੀਂ ਜਾਨਵਰ ਦਿੰਦਾ। ਠੀਕ ਹੈ ਮੇਰੀ ਮਾਸ਼ਾਅੱਲਾ ਗਾਂ ਦਾ ਵਾਸ ਚੈੱਕ ਕਰਾਓ, ਧੁਨੀ ਤੋਂ ਲੱਗ ਕੇ ਮਤਰਾਕੇ ਤੱਕ ਵੈਰੀ ਨਿਕਲੀ ਹੈ ਨਬੀ ਦੇ ਸੱਚੇ ਮਾਸ਼ਾਅੱਲਾ ਜੀ। ਇਹ ਜਿਹੜੀ ਚੀਜ਼ ਪਿੱਛੇ ਦੋਸਤਾਂ ਵੀ ਚੱਕਰ ਨੇ ਜੀ ਭਾਈ, ਮੌਸਮ ਕੀ ਰੇਟ ਹੈ ਜੀ, ਵੈਰ ਨੰਬਰ 2 ਦਾ ਮੱਛੀ ਬੜੇ ਕਮਾਲ ਦੀ ਹੈ ਫਰਾਜ਼ ਭਾਈ, 24 ਕਿਲੋ ਦੀ ਗਰੰਟੀ ਦੇਣੀ ਆ ਹਾਂ ਅੱਲਾ ਦੇ ਹੁਕਮ ਨਾਲ, ਕਿਉਂਕਿ ਮੇਰੀ ਵੈਰੀ ਨੇ ਚਵਾਈ ਕਰਾਈ ਹੈ 12 ਕਿਲੋ ਆਹਾਂ ਡੱਬੇ 12 ਕਿਲੋ ਪਹਿਲੀ ਚਵਾਈ ਤੇ ਜ਼ਿਆਦਾ ਹੁੰਦੀ ਹੈ ਨਾ, ਡੱਕੀ ਹੁੰਦੀ ਹੈ, ਯਾਨੀ ਕਿ ਪਹਿਲੀ ਬੋਲੀ ਜ਼ਿਆਦਾ ਨਿਕਲਦੀ ਹੈ, ਪਹਿਲੀ ਜ਼ਿਆਦਾ ਨਿਕਲਦੀ, ਜਿਹੜੀ ਪਹਿਲੇ ਦਿਨ ਬੋਲੀ ਨਿਕਲਦੀ ਹੈ ਨਾ ਜਾਨਵਰ 'ਚ ਨੁਕਸ ਨਹੀਂ ਹੁੰਦਾ, ਮਾਲਕ 'ਚ ਨੁਕਸ ਹੁੰਦਾ ਜੇ ਪਹਿਲੇ ਦਿਨ ਤੱਕ ਬੋਲੀ ਨਾ ਦੇ ਅੱਲਾ ਦੇ ਹੁਕਮ ਨਾਲ। ਇਹ ਭਰੀਆਂ ਖੱਲਾਂ ਨੇ ਸਾਹਮਣੇ ਅੱਲਾ ਦੀ ਮਿਹਰਬਾਨੀ ਨਾਲ, ਇਹ ਫੋਨ ਦੇ ਵਿੱਚ ਐਵੇਂ ਜਾਣੀ ਆ ਮੁੱਲ ਹੀ ਉਹੋ ਜਿਹਾ ਕਰਨਾ ਇਹਦਾ, 3,65,000 ਰੁਪਈਏ ਦੀ, ਜਿਹਦਾ ਦਿਲ ਕਰੇ ਮੇਰੀ ਵੈਰੀ ਆ ਕੇ ਚੋਏ ਅੱਲਾ ਦੀ ਮੇਰੇ ਬਨ ਉਂਗਲ ਉਂਗਲ ਜੀ ਦੀ ਧਾਰ ਹੋਏਗੀ ਵੈਰੀ ਦੀ, ਵੈਰੀ ਘਰ ਜਾ ਕੇ ਲੱਤ ਕਰਾਏ, ਵੈਰੀ 'ਚ ਸ਼ਰਾਫਤ ਨਾ ਆਏ, ਫਿਰ ਵੀ ਅਸੀਂ ਸਾਰੇ ਪੈਸੇ ਵਾਪਸ ਕਰਾਂਗੇ ਜੀ। ਬਿਹਤਰ ਹੋ ਗਿਆ, ਕੀਮਤ 3,65,000 ਨੰਬਰ 2 'ਚ ਚੈੱਕ ਕਰਾਈਏ ਅੱਗੇ ਭਾਈ, ਲਿਆਓ ਜੀ ਨੰਬਰ 3 ਵਾਲੀ, ਇੱਕੀ ਦੀ ਚਵਾਈ ਹੋਈ ਹੈ ਮਾਸ਼ਾਅੱਲਾ ਜੀ, ਪੂਰਾ ਚੈੱਕ ਕਰਾਇਓ ਬੱਚੀ ਮੇਰੀ ਨੂੰ ਮਾਸ਼ਾਅੱਲਾ ਜੀ, ਮਾਸ਼ਾਅੱਲਾ ਕਰੋ ਤੇ ਪੂਰਾ ਚੈੱਕ ਕਰਾਓ ਜ਼ਿੰਦਾਬਾਦ। ਅਸੀਂ ਸ਼ੌਕ ਨਾਲ ਵੈਰੀ ਲਈ ਜੇ ਅੱਲਾ ਦੀ ਮਿਹਰਬਾਨੀ ਨਾਲ, ਕਿ ਭਰਾ ਸ਼ੌਕ ਵਾਲੇ ਨੂੰ ਦੇਣੀ ਹੈ। ਠੀਕ ਹੈ ਅੱਗੇ ਭਾਈ, ਲਿਆਓ ਜੀ ਨੰਬਰ 3 ਵਾਲੀ, ਚਲੋ ਜੀ ਭਾਈ ਮੰਦਰ ਸਰ, ਤੁਹਾਡਾ ਵੈਸੇ ਸਾਨੂੰ ਤੇ ਕੋਈ ਫਾਇਦਾ ਨਹੀਂ ਹੈ, ਉਹ ਵੇਖੋ ਭਾਈ ਉਹਨੂੰ ਰੈਡੀ ਕੀਤਾ ਜਾਨਵਰ, ਤੁਸੀਂ ਅੱਗੂ ਜਾਨਵਰ ਖੋਲਿਆ ਕਰੋ, ਰੈਡੀ ਜਾਨਵਰ ਅੱਗੇ ਆ ਗਈ ਮਾਸ਼ਾਅੱਲਾ ਜੀ, ਨੰਬਰ 3 ਤੇ ਆ ਗਈ ਇਹ, ਜਾ ਤੇ ਲੈ ਚਲੋ ਭਾਈ, ਕਿੰਨਵਾ ਸੂਆ ਭਾਈ ਮੌਸਮ ਦਾ ਫਰਾਜ਼ ਭਾਈ, ਪਿੱਛੋਂ ਹੀ ਆਂਦੀ ਏ, ਤੀਸਰੇ ਸੂਏ ਬੱਚੀ ਹੋਏਗੀ, ਫਿਰ ਗਾਂ ਹੋ ਗਈ ਕਿ ਤੀਸਰੇ ਸੂਏ, ਤੀਸਰੇ ਸੂਏ ਗਾਂ ਹੈ ਤੇ ਨੰਬਰ 3 ਦੀ ਚੈੱਕ ਕਰਨੇ ਆ, ਮਾਸ਼ਾਅੱਲਾ ਕਾਲਾ ਥਾਨ ਹੋਏਗਾ, ਕਾਲੇ ਥਾਨ ਲੱਗੇ ਨੇ ਭਾਈ, ਇੱਥੇ ਲੰਮੀ ਕਰੋ ਜ਼ਰਾ, ਖਿਲਾਰੋ ਜਾ ਗਈ ਪਿੱਛੇ ਦੇ ਬੱਚੀ, ਇਹ ਬੱਚੀ ਮਾਸ਼ਾਅੱਲਾ ਜੀ, ਪਿੱਛੇ ਵੀ ਚੀਜ਼ ਦੀ ਪੂਰੀ ਨਾਮੀ ਹੈ ਜੀ, ਇਹਦੇ ਤੇ ਬੱਚੀ ਦੇ ਮੁੱਲ ਨਹੀਂ ਮਾਸ਼ਾਅੱਲਾ, ਦੱਸ ਰਿਹਾ ਅੱਜ ਤੇ ਚੁੰਮੀ ਲੀਲਾ ਇਹਦੀ ਮਾਰੀ ਚੱਲਾ, ਚੁੰਮੀ ਲੈਣ ਵਾਲੀ ਬੱਚੀ, ਆਹ ਭਾਈ ਮੁਦੱਸਰ, ਮੁਦੱਸਰ ਸਾਹਿਬ, ਇਹਦੀ ਬੱਚੀ ਮੋਸਨ ਸਾਹਿਬ ਲੈਣਗੇ, ਮੋਸਨ ਸਾਹਿਬ ਲੈਣਗੇ, ਅੱਲਾ ਦੇ ਹੁਕਮ ਨਾਲ ਫਰਾਜ਼ ਭਾਈ, ਨਹੀਂ ਉਸ ਦਿਨ ਤੁਸੀਂ ਕਹਿੰਦੇ ਹੋ ਕਿ ਜਾਨਵਰਾਂ ਦੀਆਂ ਚੁੰਮੀਆਂ ਜਾਨਵਰ ਲੈਂਦੇ ਸੋਹਣੇ ਲੱਗਦੇ ਤੇ ਬੰਦਿਆਂ ਦੀਆਂ ਚੁੰਮੀਆਂ ਬੰਦੇ ਲੈਂਦੇ, ਤੇ ਹੁਣ ਤੁਸੀਂ ਬੰਦੇ ਨੂੰ ਕਹਿੰਦੇ ਹੋ ਕਿ ਜਾਨਵਰ ਦੀ ਚੁੰਮੀ ਲੈ, ਓਏ ਇਹ ਜਾਨਵਰ ਨਾਲ ਰਹਿੰਦਾ ਨਾ, ਜਾਨਵਰ ਦੇ ਵਿੱਚ ਰਹਿੰਦਾ, ਅੱਛਾ ਇਹ ਤੁਹਾਡਾ ਭਾਈ, ਤੁਸੀਂ ਕਹਿੰਦੇ ਹੋ ਫੇਰ ਕੀ ਰੱਜ ਕੇ ਸੋਹਣੀ ਤੇ ਬੱਚੀ ਦਾ ਮੁੱਲ ਹੈ ਬਸ, ਅੱਛਾ ਮੇਰੀ ਬੱਚੀ ਜਦੋਂ ਸੂਆ ਸੁੱਕ ਜਾਏਗਾ, ਸੂਆ ਸੁੱਕ ਜੇ ਅੱਗੋਂ ਗਾਂ ਪਾਣ ਜੇ, ਮੇਰੀ ਬੱਚੀ ਜਿਹੜਾ ਮਰਜ਼ੀ ਮੈਨੂੰ 1,00,000 ਰੁਪਏ ਦੀ ਦੇ, ਅੱਛਾ ਕੱਲ ਦੀ ਸੂਈ ਹੈ ਬੋਲੇ ਦੇਵੇ ਬਿਲਕੁਲ ਜਾ ਫੜੋ ਜ਼ਰਾ ਮੁਦੱਸਰ ਸਾਹਿਬ, ਕੀ ਫਾਇਦਾ ਤੁਹਾਡਾ ਚਾਵਾਂ ਥਾਣਾ ਚ, ਫਿਰ ਧਾਰਾ ਮਾਰੋ ਅਗਲਿਆਂ ਥਾਣਾ ਚ ਮਾਰੋ, ਫਰਾਜ਼ ਭਾਈ ਕੋਈ ਡਾਕੇ ਨੀ ਲਵਾਏ, ਗਾਇਆਂ ਪਸਮਣ ਗੀਆਂ ਫੇਰ ਧਾਰਾਂ ਵੱਜਣ ਗੀਆਂ, ਧਾਰ ਕੇ ਬੋਲਾ ਕਿੰਨਾ ਕਿ ਭਾਈ ਮੋਸਨ ਦੇ ਕੋਲ ਫਰਾਜ਼ ਭਾਈ, ਇਹਦੀ 2 ਚਵਾਈਆਂ ਕੀਤੀਆਂ ਜੇ, ਇੱਕ ਚਵਾਈ ਜੇ ਦੁੱਧ ਚੋਇਆ ਜਾਂ 500 ਤੇ ਇੱਕ ਜੇ 300, 800 ਦੁੱਧ ਚੋਇਆ ਜੇ, ਦੋ ਹੀ ਚਵਾਈਆਂ ਹੋਈਆਂ, ਦੋ ਹੀ ਚਵਾਈਆਂ ਹੋਈਆਂ। ਠੀਕ ਹੈ, ਇਹ ਤੀਜੀ ਚਵਾਈ ਦੇ ਦੁੱਧ ਦੇਣ ਵਾਲੀ ਹੈ ਵੈਰੀ, ਅੱਲਾ ਦੇ ਹੁਕਮ ਨਾਲ ਦੁੱਧ ਬੇਬਾਹ ਦੇਗੀ, ਜਿੰਨਾ ਕੋਈ ਆਖੇਗਾ ਦੁੱਧ ਦੇਗੀ, ਤੇ ਮੁੱਲ ਇਹਦਾ ਉਹ ਲਾਹਨ ਹੈ ਬੱਚੀ ਦਾ ਬਸ, ਪੈਕਜ ਜੀ ਪੈਕਜ, ਕੋਈ ਭਰਾ ਮਾਰੇ ਵੀ ਨੇ, ਹੁਣ ਮਾਰਿਆ ਬੰਦਿਆਂ ਲਈ ਵੀ ਚੀਨਾਂ ਲਿਆਉਣੀਆਂ ਹੁੰਦੀਆਂ। ਠੀਕ ਹੈ, ਉਂਗਲ ਉਂਗਲ ਜਿਹਦੀ ਧਾਰ ਹੈ ਜੀ ਵੇ, ਮਾਸ਼ਾਅੱਲਾ ਜੀ।
ਨਲਕਾ ਹੀ ਛੱਡਿਆ ਵੇਖੋ ਜੀ ਠੀਕ ਹੈ ਉਹ ਲਾਮਾ ਨਹੀਂ ਲੈਣਾ ਕੰਮ ਕਰਨਾ ਛੱਡ ਛੱਡਾ ਜਦੋਂ ਸਾਡੇ ਲਾਮੇ ਦੋਰਾ ਭਾਈ ਜਾਨ ਮਾਸ਼ਾਅੱਲਾ ਜੀ ਸਿੰਘ ਵੀ ਦੋਸਤਾਂ ਵੇਖਣ ਨੂੰ ਝੁੰਗੀ ਹੈ ਪਿੱਛੇ ਦੇ ਬੱਚੀ ਕਰਮਾਂ ਦੀ ਦੋ ਹੀ ਨੇ ਦੋ ਹੀ ਦੀਆਂ ਚਵਾਈਆਂ ਹੋਈਆਂ ਨੇ ਪਹਿਲੀ ਚਵਾਈ ਜੇ ਕੋਈ 5 ਕਿਲੋ ਤੇ ਦੂਸਰੀ ਜੇ 3 ਕਿਲੋ ਕੀ ਨਸਲ ਹੈ ਭਾਈ ਮੁਸਨ ਦੀ ਫਰਾਲ ਭਾਈ ਨਸਲਾਂ ਦਾ ਭਰਾਵਾਂ ਨੂੰ ਪਤਾ ਵੇਖੋ ਅੰਜ ਵੈਰੀ ਮੇਰੀ ਨੇ ਥਾਨ ਕੱਢਿਆ ਫਰੀਜ਼ੀਅਨ ਤੇ ਚੁਲਸਤਾ ਨਹੀਂ ਲੱਗਦੀ ਜੀ ਮੈਨੂੰ ਤਾਂ ਬਿਲਕੁਲ ਫਰਾਲ ਭਾਈ ਬੱਚੀ ਨੂੰ ਥੋੜਾ ਨਵਾਲਿਆ ਨਹੀਂ ਗਿਆ ਟਾਈਮ ਦੀ ਥੋੜਾ ਜਿਹਾ ਕਿੱਲਤ ਸੀ ਫਿਰ ਤੁਰਨ ਵਾਲੇ ਬੰਦੇ ਆ ਨਹੀਂ ਨਵਾਲਿਆ ਗਿਆ ਕਿਸੇ ਦੇ ਇਲੈਕਸ਼ਨਾਂ ਤੇ ਵੀ ਜ਼ੋਰ ਜਿਹਾ ਸਾਡੇ ਆ ਸਰ ਅੱਛਾ ਇੰਨੀ ਕੁ ਦੁਨੀਆ ਆਉਂਦੀ ਹੈ ਭਰਾ ਮੋਸਨ ਇੱਧਰ ਨੂੰ ਆ ਇੱਧਰ ਨੂੰ ਆ ਗਏ ਹਾਂ ਸਵੇਰ ਦੇ ਬੰਦੇ ਇੱਕ ਨਾਲ ਇੱਧਰ ਨੂੰ ਸੋ ਮੰਡੀ ਜਾਣਾ ਸੀ ਉੱਥੋਂ ਪਰਾਂ ਫਿਰ ਹੋਰ ਕੀੜੇ ਆਮ ਦਾ ਬਾਲ ਉਹ ਆਖੀਅਤ ਤੁਹਾਡੇ ਭਰਾ ਦੀ ਬੜੀ ਹੈ ਉੱਥੇ ਮੇਰੇ ਕੋਲ ਲੇਟ ਆਇਆ ਗਿਆ ਜਿਹਦੀ ਵਜ੍ਹਾ ਨਾਲ ਸਾਰੇ ਡੰਗਰ ਤਿਆਰ ਨਹੀਂ ਗਾਏ ਨਵਾਲੀ ਗਏ ਇਹ ਵੇਖੋ ਤੋਹਫਾ ਇਲੈਕਸ਼ਨਾਂ ਦਾ ਤੋਹਫਾ 2,55,000 ਰੁਪਇਆ ਜਿਹੜੇ ਭਰਾ ਨੂੰ ਪਸੰਦ ਆਏ ਤੋਹਫਾ ਇਲੈਕਸ਼ਨਾਂ ਦਾ ਇਲੈਕਸ਼ਨਾਂ ਦੀ ਖੁਸ਼ੀ 'ਚ ਮਾਲ ਡਾਊਨ ਕਰ ਚੜਿਆ ਨਾ ਜਿਹਦੀ ਵਜ੍ਹਾ ਨਾਲ ਅੱਲਾ ਦੀ ਮੇਰੇ ਬੰਦਾ ਕਿ ਭੈਣ ਭਰਾ ਕੋਈ ਚੀਜ਼ ਦਾਂਗੇ ਤੇ ਜਿੱਥੇ ਆਖਾਂਗੇ ਮੋੜ ਲਾ ਹਰੇਗਾ 2,55 2,55 ਫਿਰ 2,50 ਹੀ ਕਰੋ ਸਿੱਧਾ ਸਿੱਧਾ ਫਿਰ ਇਲੈਕਸ਼ਨ ਦਾ ਪੂਰਾ ਵੱਡਾ ਤੋਹਫਾ ਦੇਵੋਗੀ ਉਹ ਕਰ ਦਿਓ 45 ਕਰ ਦਿਓ ਇਲੈਕਸ਼ਨ ਦਾ ਜੋੜ ਇੱਥੇ ਸੇਲ ਜਾਂ ਨੁਕਸਾਨ ਕਰਕੇ 5,000 ਗਾਂਈ ਦੇ ਹਣ ਨਹੀਂ ਕਿ ਭਰਾ 2,45 ਭਾਈ ਮੋੜ ਜਿਹਦੇ ਤੋਂ ਹਲਵਾਣੀ ਨੂੰ ਬਾਅਦ ਚ ਪੁੱਛਾਂ ਤੇ ਵੀਡੀਓ ਚ ਨਹੀਂ ਦੱਸਣਾ ਮੋੜ ਤੇ ਭਰਾ ਨਹੀਂ ਬਾਅਦ ਚ ਵੀਡੀਓ ਚ ਨਹੀਂ ਦੱਸਣਾ ਭਾਣੀ ਮੈਂ ਵੇਖੋ ਵੈਰੀ ਦਾ ਪੂਰੀ ਫੱਪੀ ਮਾਸ਼ਾਅੱਲਾ ਜੀ ਇਹ ਜਿਹੜੀ ਪਿੱਛੇ ਬੱਚੀ ਉਹਦਾ ਹੀ ਰੇਟ ਹੈ ਗੇ ਲਿਆ ਭਾਈ ਨੰਬਰ 4 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਆ ਗਈ ਭਾਈ ਕਰਾਂ ਜ਼ਰਾ ਸਿੱਧੀ ਜਰਸੀ ਪਿਓਰ ਜਰਸੀ ਫਰਾਜ਼ ਭਾਈ ਪਿਓਰ ਕਬੋ ਆਹੋ ਪਿਓਰ ਹੋ ਚਲੋ ਜੇ ਕੋਈ ਕਮੀ ਪੇਸ਼ੀ ਹੋਏ ਭਰਾ ਪੜੇ ਲਿਖੇ ਨੇ ਹਸਾਰ ਤੋਂ ਬਾਅਦ ਕੱਢ ਲੈਣਗੇ ਵੈਰੀ ਮੇਰੀ ਅੱਲਾ ਦੇ ਕਮਰਾ ਜਦੋਂ ਪੂਰੀ ਤਿਆਰ ਹੋਏ ਅੱਲਾ ਦੀ ਮੇਰੇ ਬੰਦਾ ਖੁੱਲੀ ਦਾ ਪਾਣੀ ਡਾਣਾ ਪਏਗਾ ਵੈਰੀ ਨੂੰ ਕਿਹਾ ਨਾ ਭਾਈ ਸਿੱਧੀ ਕਰਿਓ ਮਾਸ਼ਾਅੱਲਾ ਜੀ ਵੈਰੀ ਵੀ ਦੱਸੋ ਚਿਹਰਾ ਤੇ ਚੈੱਕ ਕਰਾਓ ਭਾਈ ਮੋਸਨ ਕੀ ਵੇਖੋ ਇਹ ਵੇਖੋ ਜੀ ਇਹਦੀ ਵੈਸੇ ਤੁਸੀਂ ਚੁੰਮੀ ਲੈਣਾ ਚਾਹੋ ਤੇ ਲੈ ਸਕਦੇ ਹੋ ਜਿਹੜਾ ਤੁਸੀਂ ਦੱਸਣ ਨੂੰ ਰਾਇਆ ਮੈਂ ਦੱਸਣ ਹੀ ਲੈਣੀ ਹੈ ਚੁੰਮੀ ਮੈਂ ਘਰੋਂ ਨਿਕਲਣਾ ਲਾ ਕੇ ਜਾਣ ਵਾਲੀ ਚੁੰਮੀ ਅੱਲਾ ਦੀ ਰਹਿਮਤ ਨਾਲ ਵੱਛੀ ਬੜੀ ਕਮਾਲ ਦੀ ਹੈ ਘਰ ਦੇ ਜਾਣ ਵਾਲੀ ਨਹੀਂ ਲੈਦੀ ਅੱਛਾ ਭਾਈ ਫਿਰ ਸ਼ਾਫਤ ਬੈਂਡ ਵੀ ਆ ਕੋਈ ਵੀ ਡੰਗਰ ਸਾਡਾ ਇਹਦੇ ਘਰ ਜਾ ਕੇ ਡੱਕ ਕੇ ਬਾਈ ਬਾਈ ਖਲਾਰ ਇੱਕ ਮਿੰਟ ਭਾਈ ਮੋਸਨ ਦਾ ਪਹਿਲੇ ਚਿਹਰਾ ਚੈੱਕ ਕਰਾਂ ਦੋ ਇਹ ਵੇਖੋ ਜੀ ਛੋਟਾ ਜਿਹਾ ਚਿਹਰਾ ਵੇ ਅੱਖ ਮੋਟੀ ਹੈ ਮੱਥੇ 'ਚ ਵਾਜ਼ੀਆ ਬੈਂਡ ਹੈ ਮਾਸ਼ਾਅੱਲਾ ਜੀ ਤੇ ਇਹ ਵੀ ਚੁੰਗੀ ਹੈ ਪਿਓਰ ਜਰਸੀ ਕੋਈ ਹਲਕਾ ਜਿਹਾ ਟੱਚ ਹੋ ਸਕਦਾ ਹੈ ਗੋ ਦੋਸਤ ਉਹਦੀ ਫੈਸਲਾ ਕਰ ਲੈਣ ਲੱਗੀ ਮਾਸ਼ਾਅੱਲਾ ਜੀ ਫਰੈਂਡ ਵੀ ਦੋਸਤਾਂ ਵੇਖਣੇ ਗੱਬੜ ਮਾਸ਼ਾਅੱਲਾ ਬੱਚੀ ਕੀ ਇਹਦੇ ਘਰ ਜਾ ਕੇ ਵੀ ਕੋਈ ਤੰਗ ਕਰੇ ਕੋਈ ਲੱਤ ਕਰਾਏ ਤੇ ਹੀ ਜ਼ਿੰਮੇਦਾਰ ਆ ਜੀ ਦਿਨ ਕਿਨੇ ਕਿ ਲੈ ਰਹੀ ਤੇ ਸਵੇਰ ਕਿਨਵਾ ਸੁਣਿਆ ਨੇ ਰਾਜ ਭਾਈ ਦੂਜੇ ਸਵੇਰ ਬੱਚੀ ਹੈ ਪਿਓਰ ਜਰਸੀ ਸਵੇਰ ਦੂਸਰਾ ਦਿਨ ਕਿਨੇ ਕਿ ਲੈ ਰਹੀ ਹੈ ਦਿਨ ਜੇ ਤਕਰੀਬਨ ਲੈ 10-15 ਦਿਨ ਕਰਦੀ ਆ ਤਕਰੀਬਨ ਕੋਈ 14-15 ਦਿਨ ਇਹਨੇ ਲਾਈਆਂ ਨੇ ਕੱਚੀ ਹੈ ਲੈ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਨੰਬਰ 4 ਤੇ ਚੈੱਕ ਕਰਾਈਏ ਤੇ ਰੇਟ ਵੀ ਇਹਦਾ ਕੱਚਾ ਹੀ ਲਾਣਾ ਜੀ ਫਰਾਜ਼ ਭਾਈ ਕੱਚਾ ਰੇਟ ਲਾਣਾ ਵੈਰੀ ਮੇਰੀ ਪੂਰੀ ਸ਼ਰਾਫਤ ਤੇ ਨਵਾਲੀ ਇਹ ਵੀ ਨਹੀਂ ਗਈ ਅੱਲਾ ਦੇ ਹੁਕਮ ਨਾਲ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਵੇਖੋ ਥਾਣਾ ਨੂੰ ਹੱਥ ਲਾ ਜੋ ਮਰਜ਼ੀ ਮੁੱਠੀ ਥਾਣ ਹੋਏਗਾ ਵੈਰੀ ਦਾ ਮਾਸ਼ਾਅੱਲਾ ਜੀ ਚੈੱਕ ਕਰਾਓ ਫਰਾਜ਼ ਭਾਈ ਮੁੱਠੀ ਥਾਣ ਹੋਏਗਾ ਅੱਛਾ ਫਰਾਜ਼ ਭਾਈ ਇਹ ਟੀਕਾ ਖਲੋਤਾ ਸੀ ਵੈਰੀ ਨੂੰ ਠੀਕ ਹੈ ਇਹ ਵਾਵਾ ਮੋਟਾ ਸੀ ਜਦੋਂ ਆਉਂਦਾ ਤੇ ਮਾਸ਼ਾਅੱਲਾ ਹੁਣ ਇਹਦਾ ਰੇਸ਼ਾ ਨਿਕਲਦਾ ਪਿਆ ਅਸੀਂ ਪਹਿਲਾਂ ਦੱਸਦੇ ਹਾਂ ਜ਼ਿੰਦਾਬਾਦ ਵਾਲਾ ਰੋਗ ਨਹੀਂ ਇਹਦੇ 'ਚ ਬਸ ਇਹ ਹੁਣ ਵੇਖੋ ਉਂਝ ਹੀ ਬਹਿ ਗਿਆ ਰੇਸ਼ਾ ਨਿਕਲਦਾ ਪਿਆ ਇਹ ਆਪੇ ਹੀ ਜ਼ਖਮ ਨਾਲ ਬਹਿ ਜਾਣਾ ਜੀ ਬਿਹਤਰ ਹੋ ਗਿਆ ਕੀਮਤ ਕੀ ਜਦੀ ਕੀਮਤ ਦੀ ਫਰਾਜ਼ ਭਾਈ ਮਕੂਲ ਜੇ ਕੀਮਤ ਜੇ ਤੇ ਵੈਰੀ ਤਿਆਰ ਹੋਏ ਨਾ ਫੇਰ ਤੇ ਵੀ 4.5 ਲੱਖ ਦੀ ਅੱਛਾ 3,00,000 ਤੇ 55,000 ਦੀ ਵੈਰੀ ਦੇਾਂਗੇ 3,00,000 ਤੇ 55,000 ਅੱਲਾ ਦੇ ਹੁਕਮ ਨਾਲ 55 ਦਾ ਬਹੁਤਾ ਪਿਆਰ ਤੇ ਨਹੀਂ 2,55 3,55 ਫਰਾਜ਼ ਭਾਈ ਫਿਰ ਚੀਜ਼ਾਂ ਹੀ ਇੰਜ ਦੀਆਂ ਲਈਆਂ ਹੁੰਦੀਆਂ ਕੋ ਨਾਲੇ ਕਹਿੰਦੇ ਇਲੈਕਸ਼ਨ ਦੇ ਤੋਹਫੇ ਇਲੈਕਸ਼ਨ ਦੇ ਤੋਹਫੇ ਨਾਲ 5 ਹੋਰ ਛੱਡ ਦਿਓ 3.5 3.5 ਅੱਲਾ ਦੀ ਮਿਹਰਬਾਨੀ ਜੀ ਬਿਹਤਰ ਹੋ ਗਿਆ ਨਸਲ ਚੰਗੀ ਹੈ ਮਾਸ਼ਾਅੱਲਾ ਜੀ ਇਹ ਕੱਚੀ ਹਲੇ ਦਿਨ 15 ਲਿੰਦੀ ਉਹਦੀ ਵਜ੍ਹਾ ਤੋਂ ਰੇਟ ਭਾਈ ਜਰਾ ਸੋਹਣਾ ਲਾਇਆ ਮਾਸ਼ਾਅੱਲਾ ਮਕੂਲ ਜੀ ਮਕੂਲ ਅੱਗੇ ਆ ਗਈ ਜੀ ਝੋਟੀ ਨੰਬਰ 1 ਆ ਗਈ ਖਿਲਾਰ ਭਾਈ ਜਾਨ ਜਰਾ ਫਰਾਜ਼ ਭਾਈ ਝੋਟੀਆਂ ਮੇਰੀਆਂ ਵੇਖਣੀਆਂ ਨੇ ਅੱਲਾ ਦੀ ਮਿਹਰਬਾਨੀ ਨਾਲ ਅੱਖਾਂ ਦੋਏ ਬਿੱਲੀਆਂ ਸਿੰਗੀ ਛੋਟੀ ਸਿੰਗੀ ਛੋਟੀ ਛੋਟੀ ਸਿੰਗੀ ਮਾਸ਼ਾਅੱਲਾ ਜੀ ਪਿਓਰ ਨੀਲੀ ਦਾ ਤੋਹਫੇ
ਪਹਿਲਾਂ ਝੋਟੀ ਹੋ ਕੇ ਇੰਜ ਦਾ ਥਣ ਕੀਤਾ, ਇੰਜ ਦਾ ਦੂਜਾ ਤੀਜਾ ਮਹੀਨੇ ਛਣ ਕਰ ਲਾ ਰਿਹਾ ਬਾਈ, ਜ਼ਰਾ ਥਣ ਵੀ ਚੈੱਕ ਕਰਾ ਲਾ ਦੋ ਕੰਮ ਨਾਲ, ਲਾ ਸਿੱਧੀ ਕਰਾਓ ਪਿਆਰੇ ਬਾਈ, ਤੁਸੀਂ ਹੁਣ ਟ੍ਰੇਨ ਹੋਈ ਹੋ, ਜ਼ਰਾ ਮਿਹਰਬਾਨੀ ਕਰੋ ਇਹ ਚੈੱਕ ਕਰੋ, ਮਾਸ਼ਾਅੱਲਾ ਜੀ ਪਹਿਲਾਂ ਹੋ ਕੇ ਥਣ ਵੀ ਦੋਸਤਾਂ ਵੇਖਣੇ ਨੇ, ਗੱਬਨ ਝੋਟੀ ਹੈ ਜੀ, ਦਿਨ ਕਿੰਨੇ ਕੁ ਲੈ ਰਹੀ ਹੈ ਫਰਾਜ ਭਾਈ? ਕੱਲ ਝੋਟੀਆਂ ਲੱਥੀਆਂ ਨੇ, ਦਿਨ ਲਏ 5-7 ਦਿਨ ਲਏ, ਜਿੰਨੇ ਵੀ ਲਏ ਠੀਕ ਹੈ, ਇਹ ਅੱਲਾ ਨੂੰ ਪਤਾ ਹੈ, ਤੇ ਮਾਲਕ ਜਿਨ੍ਹਾਂ ਦਿੱਤੀ ਉਹਨਾਂ ਆਖਿਆ ਦਿਨ ਕੋਈ 7-8 ਰਹਿੰਦੇ ਨੇ ਜੀ ਜੀ, ਸ਼ਰਾਫਤਾਂ ਵੇਖਣੀਆਂ ਨੇ, ਥਣ ਵੇਖਣਾ ਮੇਰੀ ਕੱਟੀ ਦਾ, ਮਾਸ਼ਾਅੱਲਾ ਸੋਹਣੀ ਹੋਏਗੀ ਝੋਟੀ ਦੇ ਥਣ ਵਹਾਓ, ਵੇਖੋ ਅੱਲਾ ਦੇ ਹੁਕਮ ਨਾਲ ਇੰਨੀ ਕੁ ਝੋਟੀ ਬਣੇਗੀ ਤੇ ਗੱਲਾਂ ਹੀ ਛੱਡ ਦਿਓ, ਜ਼ਿੰਦਾਬਾਦ ਦੇ ਸਦਕੇ ਨਾਲ ਜੀ ਤੋਹਫੇ ਦੇਣੇ ਨੇ ਫਰਾਜ਼ ਭਾਈ, ਤੋਹਫੇ ਦੇਣੇ ਨੇ ਝੋਟੀ ਦੇ, ਵੇਖੋ ਹਰ ਪਹਿਲਾਂ ਨਹੀਂ ਇੰਜ ਨਹੀਂ ਕਰਨ ਦਿੰਦੀ, ਮਾਸ਼ਾਅੱਲਾ ਜੀ ਉਠਾ ਵੀ ਦੋਸਤਾਂ ਵੇਖ ਲੈਣਾ ਬਾਈ, ਹਲਕੀ ਜੀ ਟੋਰ ਕੇ ਲਿਆਓ ਜੀ, ਗੱਬਨ ਝੋਟੀ ਹੈ ਨੰਬਰ 1 ਤੇ ਚੈੱਕ ਕਰਾਉਂਦੇ ਆ ਪਿਆ, ਦਿਨ ਤਕਰੀਬਨ 7 ਕੁ ਲੈਂਦੀ ਹੈ, ਮਾਸ਼ਾਅੱਲਾ ਜੀ ਨਸਲੀ ਚੀਜ਼ ਹੈ ਠੀਕ ਭਾਈ, ਪਰਤਾ ਕੇ ਲਿਆਓ ਜੀ, ਕਿੰਨੇ ਦਾ ਆਉਂਦੇ ਭਾਈ, ਮੌਸਮ ਚੈੱਕ ਕੀਤੀ ਕਿ ਨਹੀਂ ਕੀਤੀ ਫਰਾਜ਼ ਭਾਈ? ਨਹੀਂ ਕੀਤੀ, ਚਲੋ ਦੋਸਤਾਂ ਨੂੰ ਜਦੋਂ ਸੇਲ ਕਰਨੀ ਚੈੱਕ ਕਰਕੇ ਦਾ ਚੜਨਾ, ਕੋਈ ਗੱਲ ਨਹੀਂ, ਜਿਹੜਾ ਭਰਾ ਪੁੱਛੇਗਾ ਇਹ ਚੈੱਕ ਕਰਾਵਾਂਗੇ ਠੀਕ ਹੈ, ਲੰਮੀ ਟੋਰ ਕੇ ਭਾਈ ਲੈ ਚਲੋ, ਕੀ ਕੀਮਤ ਹੈ ਭਾਈ ਮੌਸਮ ਝੋਟੀ ਨੰਬਰ 1 ਭਾਈ, ਮਕੂਲ ਦੀ ਕੀਮਤ ਹੈ ਜੀ, ਸੋਹਣੇ ਜਿਹੇ ਰੇਟ ਸੋਹਣੇ, 3,65,000 ਰੁਪਇਆ, 3,65,000, 3,65,000 ਅੱਗੇ ਭਾਈ ਲਓ ਜੀ, ਨੰਬਰ 2 ਵਾਲੀ ਅੱਗੇ ਆ ਗਈ, ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਹੈ, ਪਹਿਲਵਾਨ ਬਿੰਨੀਆਂ ਅੱਖਾਂ ਫਰਾਜ਼ ਭਾਈ, ਪਹਿਲਵਾਨ ਮਾਸ਼ਾਅੱਲਾ ਜੀ, ਸੀ ਸਾਊ ਹੈ ਝੋਟੀ ਰੱਜ ਕੇ, ਕਵੀ ਕੱਪਾ ਨੇ ਸੁਬਾਹ ਦੂਸਰਾ ਸੁਣਿਆ ਚੰਗਾ ਚੌੜਾ ਪੁੱਠਾ, ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਵੇਖ ਲੈਣਾ, ਤੇ ਭਾਈ ਮੌਸਮ ਅਗਰ ਮੁਦੱਸਰ ਦੇ ਉੱਤੇ ਲੇਟਣਾ ਹੋਇਆ ਪੁੱਠੇ ਤੇ ਮੰਜੀ ਦੇ ਬਗੈਰ ਲੇਟ ਜੀ, ਇਹਦਾ ਪਰਾਲੀ ਤੇ ਸਮਝਣ ਦਾ ਵਿਚਾਰਾ, ਮੰਜੀ ਤੇ ਪਰਾਲੀ ਤੇ ਸਮਝਣ ਦਾ, ਇੱਥੇ ਕਦੀ ਕਦੀ ਜਦੋਂ ਡੰਗਰ ਲੈ ਆਉਂਦਾ ਜੇ ਤਾਂ ਟਰੱਕ ਦੇ ਉੱਤੇ ਹੀ ਸਮਝਣ ਦਾ, ਮੰਜੀ ਦੇ ਉੱਤੇ ਪਰਾਲੀ ਪਾਈ ਹੁੰਦੀ, ਸ਼ਰੀਫ ਆਦਮੀ ਮਿਹਨਤੀ ਆਦਮੀ। ਅੱਛਾ ਵੱਖੀ ਛੋਟੀ ਖਿਲਾ ਰਿਹਾ ਭਾਈ ਜਾਨ, ਮੈਂ ਤੇ ਜਾਨ ਪੂਰੀ ਅੱਲਾ ਦੇ ਹੁਕਮ ਨਾਲ, ਮੈਂ ਮੇਰੀ ਪੂਰੀ ਨਾਮੀ ਜਾਨ ਪੂਰੀ, ਮੈਂ ਥਣ ਚੰਗਾ ਭਾਈ ਛੁਹਾਰੇ ਵਾਲਾ ਥਣ ਮਾਸ਼ਾਅੱਲਾ ਪਾਣ ਵਾਲੀ, ਮੈਂ ਪੋਲੀ ਹੋਈ ਹੈ ਪੂਰੀ, ਤੇ ਬਸ ਇਲੈਕਸ਼ਨਾਂ ਦਾ ਦੌਰ ਹੈ, ਮਈਆਂ ਸਸਤੀਆਂ ਕਰ ਦੇਣੀਆਂ ਨੇ, ਵੋਟਾਂ ਦੇ ਦਿਨ ਨੇ, ਕੀ ਭੈਣ ਭਰਾ ਕੋਲ ਜਾਣਾ ਪੈ ਜਾਂਦਾ, ਕੋਈ ਆ ਦਿੰਦਾ ਤੇ ਮਈ ਮਹਿੰਗੀ ਦਿੰਦਾ ਮੌਸਮ, ਤੇ ਫਿਰ ਵੋਟ ਨਹੀਂ ਲੱਭਣੇ ਜੀ ਜੀ, ਮੋਹਰਾਂ ਲਾਈ ਜਾਓ ਤੇ ਮੱਝਾਂ ਫਰੀ, ਇਹ ਵੋਟ ਤੇ ਤੁਸੀਂ ਲਾ ਕੇ ਚ ਲੈਣੇ ਨੇ, ਤੇ ਮਾਲ ਤੁਹਾਡਾ ਆਲ ਓਵਰ ਦੀ ਪਾਕਿਸਤਾਨ ਸੇਲ ਹੁੰਦਾ, ਇਹਦਾ ਮਤਲਬ ਹੈ ਕਿ ਦੂਸਰੇ ਲੋਕਾਂ 'ਚ ਵੀ ਕੰਪੇਨ ਕਰੋ, ਤੇ ਫਿਰ ਯਾਰ ਜੇ ਆਪਣੇ ਇਲਾਕੇ ਵਾਲੇ ਜਿਹੜੇ ਸੁਣਦੇ ਨੇ ਪਏ ਵੋਟਾਂ ਦਾ ਨਾਂ ਲੈ ਕੇ, ਤੇ ਹੋਰ ਖਸਮ ਕਰਾ ਲੈਣਗੇ, ਹੋਰ ਕੀ ਥੋੜ੍ਹੀ ਹੋਰ ਡਾਊਨ ਹੋ ਜਾਏਗਾ ਕੰਮ, ਲੱਭਣੀਆਂ ਪੈਂਦੀਆਂ ਜੇ ਸਮੁੰਦਰੀ ਦਰਿਆ ਤੇ ਜਾ ਕੇ ਬਹਿ ਕੇ ਵਾਵਾਂ ਲੈ ਕੇ ਤੇ ਫੇਰ ਲੱਭਦੀਆਂ ਠੰਡੀਆਂ ਵਾਵਾਂ, ਠੰਡੀਆਂ ਪਿੰਡਾਂ ਚ ਵੀ ਜੇ ਲੱਭਦੀਆਂ, ਕਾਲੀਆਂ ਅੱਖਾਂ ਨੇ ਮਾਸ਼ਾਅੱਲਾ ਜੀ, ਦੋਵਾਂ ਅੱਖਾਂ ਦੀ ਰੰਗ ਸੇਮ ਹੈ, ਮੁਕੰਮਲ ਕਾਲੀ ਸਿਆਹ, ਫੂਚਲ ਵਾਲ ਸਫੇਦ ਨੇ ਟੋਰੇ ਭਾਈ ਜਾਨ, ਗੱਬਾਂ ਨੇ ਮਾਸ਼ਾਅੱਲਾ ਜੀ ਰਵੇਲ ਕਾਫੀ ਹੈ, ਜਿਸਮ ਤੇ ਪਸ਼ਮ ਵੀ ਚੈੱਕ ਕਰਨੀ ਹੈ, ਸੁਬਾ ਕਿਨਵਾ ਸੋਣਾ ਭਾਈ ਮੋਸਨ ਨੇ ਲਾਲ ਭਾਈ, ਦੂਜਾ ਸੁਆ, ਅੱਛਾ ਮੈਂ ਮੇਰੀ ਥੋੜੀ ਕੁ ਕੱਚੀ ਥਣ, ਮੈਂ ਦਾ ਪਾਵਰ ਵਾਲਾ ਠੀਕ ਹੈ, ਜਾਨ ਪੂਰੀ ਮੈਂ ਚ ਅੱਲਾ ਦਾ ਹੁਕਮ ਨਾਲ, ਜਿਹਦੇ ਘਰ ਜਾਏਗੀ ਨਾ ਟਾਈਮ ਤੋਂ ਟਾਈਮ, ਮੈਂ ਬਾਲਤਾ 10 ਕਿਲੋ ਦਾ ਨਾਂ ਭਰੇਗਾ ਤੇ ਫਿਰ ਵੀ ਲਾਵਾਂ ਸਾਨੂੰ, ਤੇ ਦਿਨ ਕਿੰਨੇ ਕੁ ਲੈ ਰਹੀ ਹੈ? ਦਿਨ ਮੈਂ ਦਾ ਨਹੀਂ ਕੋਈ ਪਤਾ, ਕੋਈ 10 ਦਿਨ ਲਏ, 10 ਕੁ ਦਿਨ ਲੈ ਰਹੀ ਹੈ, ਪੂਰਾ ਕੰਮ ਖੇਚਣ ਨਾਲ ਪੂਰਾ ਅੱਲਾ ਦੀ ਮਿਹਰ ਭਾਈ ਜਾਨ, ਸੁਬਾਹ ਦੂਸਰਾ ਸੁਣਿਆ, ਦਿਨ ਤਕਰੀਬਨ 10 ਕਿਲੋ ਜੀ, ਮਾਸ਼ਾਅੱਲਾ ਜੀ ਨੀਲੀ ਦਾ ਕਾਲਾ ਬ੍ਰਾਂਡ, ਥਣ ਵੀ ਸੋਹਣੇ ਲੱਗੇ ਨੇ, ਥਣ ਵੀ ਦੋਸਤਾਂ ਚੈੱਕ ਕਰਾਉਂਦੇ ਆ, ਕਿੱਡੀ ਜਸਾਮਤ ਤੇ ਧੁਨੀ ਛੋਟੀ ਜੀ, ਮਾਸ਼ਾਅੱਲਾ ਜੀ ਇਹ ਹੁੰਦੀ ਹੈ ਮਿਹਨਤ, ਮਿਹਨਤ ਕੀਤੀ ਭਾਈ ਮੋਸਨ ਨੇ, ਜਾਨਵਰ ਚੰਗੇ ਲਿਆਂਦੇ ਨੇ, ਥਣ ਚੰਗਾ ਉੱਠਾ ਚੰਗਾ
ਵੇਲ ਚੰਗੀ ਝੋਟੀ ਦੀ ਸ਼ਾਹ ਕਾਲੀ ਝੋਟੀ ਬਸ ਪੁੱਛਲ ਪੁੱਠਾ ਚੌੜਾ ਪੁੱਠਾ ਪੂਰਾ ਭਲਵਾਨ ਵਾਲਾ ਅੱਲਾ ਦੀ ਮਿਹਰਬਾਨੀ ਭਾਈ। ਫੈਨਰ ਰੇਟ ਹੋਏਗਾ 3,85,000 ਰੁਪਇਆ ਤੋਂ ਹੁਣ ਝੋਟੀ ਚੈੱਕ ਕਰਾਓ ਥੱਲੇ 3,85,000 3,85,000 4,50,000 ਦੀ ਝੋਟੀ ਹੈ ਸਾਨੂੰ ਸਾਰਾ ਪਤਾ ਲੈਣ ਜਾਂਦੇ ਹਾਂ 4,50,000 ਦੀ ਝੋਟੀ ਹੈ ਮੇਰੀ ਇਲੈਕਸ਼ਨ ਦੀ ਵਜ੍ਹਾ ਤੋਂ ਇਲੈਕਸ਼ਨ ਦੀ ਵਜ੍ਹਾ ਨਾਲ ਭਰਾਵਾਂ ਦੀ ਦੀਦ ਫੁੱਲ ਕੀਤੀ ਜਾਂਦੀ ਹੈ ਬਈ ਤੇ ਭਰਾ ਸਾਡੇ ਤੋਂ ਨਾਰਾਜ਼ ਨਾ ਹੋਣ ਜਿਹੜਾ ਭਰਾ ਨਾਰਾਜ਼ ਹੋ ਗਿਆ ਮੋਰ ਲਾਂਬੇ ਲੱਗ ਜਾਣੀ ਜੀ ਬਿਹਤਰ ਹੋ ਗਿਆ ਕਿ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਆ ਗਈ ਹੈ ਮਾਸ਼ਾਅੱਲਾ ਜੀ ਕਾਲਾ ਬ੍ਰਾਂਡ ਇਹ ਵੀ ਕਾਲਾ ਬ੍ਰਾਂਡ ਨੀਲੀ ਦਾ ਤੇ ਸੇਲ ਅੱਜ ਇਲੈਕਸ਼ਨ ਦੀ ਸੇਲ ਇੱਕ ਹੋਰ ਗੱਲ ਏ ਇੱਕ ਮੈਂ ਤਾਂ ਲਾਣਾ ਵਾ ਮੁੱਲ ਲੈਣ ਤੇ ਕੋਈ ਬੰਦਾ ਮੇਰੇ ਕੋਲ ਸਾਰਾ ਮਾਲ ਲਏਗਾ ਨਾ ਉਹ ਮੈਂ ਪੂਰੀਏ ਫ੍ਰੀ ਦੇ ਹਾਂ ਪੂਰੀਏ ਫ੍ਰੀ ਪੂਰੀਏ ਫ੍ਰੀ ਸਾਰਾ ਹੀ ਮਾਲ ਇੱਕ ਬੰਦਾ ਖਰੀਦੇ ਦੁੱਧ ਵੀ ਦਿੰਦੀ ਕਿ ਸਿਰਫ ਪੱਠੇ ਖਾਂਦੀ ਦੁੱਧ 10 ਕਿਲੋ ਨਾ ਹੋਇਆ ਤਾਂ ਫੇਰ ਵੀ ਜ਼ਿੰਮੇਦਾਰ ਹੋਵਾਂ ਠੀਕ 10 ਕਿਲੋ ਦੁੱਧ ਹੋਏਗਾ ਰਾਜ ਭਾਈ ਇੱਕ ਹੋਰ ਗੱਲ ਜੇ ਹੱਕੀ ਸੱਚੀ ਹਰ ਮਾਲ ਦੇ ਵਿੱਚੋਂ ਆਵੇਂ 10-15,000 ਰੁਪਇਆ ਰੱਖਿਆ ਠੀਕ ਹੈ ਇਹ ਨਹੀਂ ਕਿ ਹਰ ਮਾਲ ਦੇ ਵਿੱਚ 50-40 ਇੱਕ ਜਾਨਵਰ ਵੀ ਨਹੀਂ ਜਿਹਦਾ 40,000 ਰੁਪਇਆ ਵੱਧ ਰੱਖਿਆ ਦੇਖੋ ਦੁਨੀਆਂ ਦਾ ਮਾਲ ਦੁਨੀਆਂ 'ਤੇ ਰਹੀਆਂ ਨਾ ਹੱਕੀ ਸੱਚੀ ਜਾਇਜ਼ ਕੰਮ ਕਰੀਦਾ 10-15,000 ਰੁਪਇਆ ਲੈ ਕੇ 5-10 ਜਿੱਥੇ ਸਾਨੂੰ ਨਫ਼ਾ ਹੋਏ ਨਾ ਅਸੀਂ ਡੰਗਰ ਦੇ ਹਾਂ ਜੀ ਬਿਹਤਰ ਹੋ ਗਿਆ ਕਿ ਬਾਈ ਲਓ ਜੀ ਨੰਬਰ 4 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਝੋਟੀ ਨੰਬਰ 4 ਆ ਗਈ ਹੈ ਬੋਟ ਹੁੱਕੇ ਦਾ ਤੇ ਸ਼ੇਰ ਦਾ ਕੇ ਆ ਖੈਰ ਹੋ ਗਈ ਆ ਤੋਰੇ ਭਾਈ ਜਾਨ ਬੋਟ ਹੁੱਕੇ ਦਾ ਤੇ ਸ਼ੇਰ ਭਾਈ ਮੇਰੀ ਝੋਟੀ ਕੋ 14 ਕਿਲੋ ਦੁੱਧ ਨਾ ਹੋਏ ਕਿੰਨਾ 14 ਕਿਲੋ ਦੁੱਧ ਨਾ ਹੋਏ ਤੇ 1 ਰੁਪਇਆ ਨਹੀਂ ਲੈਣਾ ਸੁਭਾ ਕਿੰਨਾ ਸੂਈ ਹੈ ਤੇ ਕਿਦੋਂ ਦੀ ਸੂਈ ਦੂਜਾ ਸੂਆ ਸੂਆ ਦੂਸਰਾ ਦੂਜਾ ਕਿਦੋਂ ਦੀ ਸੂਈ ਹੈ ਹੱਡੀ ਇੱਕ ਅੱਜ ਤਕਰੀਬਨ 10 ਦਿਨ ਹੋ ਗਏ ਨੇ ਸੂਈ 10 ਦਿਨ ਹੋ ਗਏ ਨੇ ਸੂਆ ਦੂਸਰਾ ਸੂਈ ਇਹ ਲਿਬਾਸ ਵੀ ਦੋਸਤਾਂ ਵੇਖ ਲੈਣਾ ਭਾਈ ਖਿਲਾ ਰਹੇ ਉੱਥੇ ਮਾਸ਼ਾਅੱਲਾ ਜੀ ਇਹ ਵੀ ਮੁਕੰਮਲ ਕਾਲੀ ਸਾਹਿਬ ਹੈ ਫੁਸ਼ਲ ਲਿਬਾਸ ਵੇਚ ਦੇ ਨੇ ਜਾ ਕੀ ਪਿੱਛੇ ਦੇ ਹੱਡੀ ਇੱਕ ਫਰਾਜ਼ ਭਾਈ ਪਿੱਛੇ ਦੇ ਕੱਟੀ ਕਰਮ ਵਾਲੀਆਂ ਦੋਈਆਂ ਜਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਠੀਕ ਹੈ ਭਾਈ ਟੋਰਿਓ ਜ਼ਰਾ ਲੰਮੀ ਟੋਰਿਓ ਥਾਨ ਵੀ ਦੋਸਤਾਂ ਦੋ ਟਾਈਮ ਬੰਦਾ ਆਏ ਦੋ ਟਾਈਮ ਜੀ ਕੋਈ ਵੇਖੋ ਉਹਨਾਂ ਲੋਕਾਂ ਨੂੰ ਡਰ ਰਿਹਾ ਜਿਨ੍ਹਾਂ ਦੀਆਂ ਨਾ 14 ਦੇਣ ਦੋ ਟਾਈਮ ਆਏ ਮੇਰੀ ਮਈ ਸ਼ਾਮੀ 6 ਕਿਲੋ ਦੁੱਧ ਦੇਗੀ ਬੱਚੇ ਨੂੰ ਥਾਨ ਛੱਡ ਕੇ ਸਵੇਰੇ 8 ਕਿਲੋ ਦੇਗੀ ਠੀਕ ਹੈ ਤੋਰ ਭਾਈ ਮੌਸਮ ਦਾ ਲਾਣ ਹੈ ਜੀ ਬਿਹਤਰ ਹੋ ਗਿਆ ਬਾਈ ਲਮੀਟਰ ਦਾ ਜ਼ਰਾ ਜਾ ਤੇ ਲੈ ਚਲੋ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ ਨੰਬਰ 4 ਤੇ ਚੈੱਕ ਕਰਾਈਏ ਸਿੰਗਲ ਲੜੀ ਪੁੱਠਾ ਦੋਸਤਾਂ ਵੇਖ ਲੈਣਾ ਲਿਬਾਸ ਵੀ ਚੈੱਕ ਕਰਨਾ ਜੀ ਭਾਈ ਮੌਸਮ ਕੀ ਰੇਟ ਹੈ ਜੀ ਝੋਟੀ ਨੰਬਰ 4 ਭਾਈ ਰੇਟ ਮਕੂੜੀ ਨੇ ਦਾ ਰੇਟ 3,90,000 ਰੁਪਏ 3,90,000 ਨੰਬਰ 4 ਤੇ ਚੈੱਕ ਕਰਾਈਏ ਕੀਮਤ ਡਿਮਾਂਡ 3,00,000 ਤੇ 90,000 ਅੱਗੇ ਨੰਬਰ 5 ਵਾਲੀ ਕਿਹੜੀ ਜੀ ਰਾਜ ਭਾਈ ਚੈੱਕ ਕਰਾਓ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਪਹਿਲਾਂ ਝੋਟੀ ਦਿਨ 10 ਕਰਦੀ ਹੈ ਸ਼ੁਹਾਰੇ ਵਾਲਾ ਥਣ ਮਾਸ਼ਾਅੱਲਾ ਜੀ ਮਾਸ਼ਾਅੱਲਾ ਬਟਨ ਵੀ ਨੀਲੀ ਦੇ ਦੱਸੋ ਦੋਸਤਾਂ ਨੂੰ ਨੀਲੀ ਦੇ ਬਟਨ ਵੀ ਨਾਲ ਲੱਗੇ ਨੇ ਝੋਟੀ ਨੂੰ ਨੀਲੀ ਦੇ ਬਟਨ ਵੀ ਲੱਭਦੇ ਤਾਂ ਵੇਖੋ ਕੱਚੀ ਝੋਟੀ ਜਿਹਨੇ ਹੋਣ ਲੈਣੀ ਹੈ ਨਾ 1-5 ਲੱਖ ਦੀ ਵੇਚ ਲੈ ਗੱਬਾ ਨੇ ਸਵੇਰ ਪਹਿਲਾਂ ਸੁਣਿਆ ਮਾਸ਼ਾਅੱਲਾ ਜੀ ਸਿੰਗੀਆਂ ਵੇਖਣੀਆਂ ਨੇ ਚਿਹਰੇ ਦੀ ਖੂਬਸੂਰਤੀ ਵੇਖਣੀ ਹੈ ਮਾਸ਼ਾਅੱਲਾ ਜੀ ਅੱਖ ਮੋਟੀ ਹੈ ਤੇ ਮੱਥੇ ਦੇ ਜੀ ਬੰਡ ਹੋਵੇ ਜਰਸੀ ਗਾਂ ਤੇ ਨਹੀਂ ਕੀਤੇ ਫਰਾਜ਼ ਭਾਈ ਅੱਲਾ ਦੀ ਮਿਹਰਬਾਨੀ ਨਾਲ ਚੈੱਕ ਕਰਨੀ ਝੋਟੀ ਦੀ ਸਿੰਗੀ ਅੱਖਾਂ ਬਿੱਲੀਆਂ ਇੱਕ ਅੱਡੀ 70 ਝੋਟੀ ਮਾਸ਼ਾਅੱਲਾ ਜੀ ਨਕੋੜਾ ਬੜਾ ਜਿਸਮ ਤੇ ਪਸ਼ਮ ਚੈੱਕ ਕਰਨੀ ਕਿੰਨੇ ਦੰਦ ਜੀ ਹੈ ਫਰਾਜ਼ ਭਾਈ ਦੰਦ ਨਹੀਂ ਜੇ ਚੈੱਕ ਕੀਤੇ ਛਿੱਗੀ ਹੈ ਹਾਂਜੀ ਚਲੋ ਰਹਿਣ ਦੋ ਨਾ ਹੋ ਲੜਾਈ ਕਰਿਓ ਨਹੀਂ ਲੜਾਈ ਕਰੀਏ ਸੌ ਝੋਟੀਆਂ ਜੂਦੀਆਂ ਠੀਕ ਚਲੋ ਭਾਈ ਜੀ ਛਿੱਗੀ ਲੱਗਣ ਡਈ ਚਲੋ ਵੇਖੋ ਨਸਲਾਂ ਲੈਣ ਲਈ ਟਾਈਮ ਭੰਨੇ ਪੈਂਦੇ ਨੇ ਗੱਡੀਆਂ ਤੇ ਜਾਣਾ ਪੈਂਦਾ ਵਕਤ ਜ਼ਾਇਆ ਕਰਨਾ ਪੈਂਦਾ ਕਾਹਦੇ ਲਈ ਨਸਲਾਂ ਲੈਣ ਦਿਨ ਕਿੰਨੇ ਕੁ ਲੈਂਦੀ ਹੈ ਬਈ ਫਰਾਜ਼ ਭਾਈ ਅੱਲਾ ਦੇ ਹੁਕਮ ਨਾਲ ਦਿਨ ਕੋ 10 ਕਿ ਲੈਂਦੀ ਹੈ ਸੁਬਾ ਪਹਿਲਾਂ ਸੁਣਿਆ ਨੰਬਰ ਆ ਗਈ ਭਾਈ ਤਾਂ ਮਾਸ਼ਾਅੱਲਾ ਜੀ ਪਹਿਲਾਂ ਹੋ ਗਏ ਤਾਂ ਵੀ ਸੋਹਣੇ ਪਾਵਰਫੁਲ ਲੱਗੇ ਨੇ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਤੇ ਦਿਨ ਤਕਰੀਬਨ 10 ਕਿ ਲੈਂਦੀ ਹੈ ਠੀਕ ਹੈ ਭਾਈ ਪਰਤਾ ਕੇ ਲਿਓ ਮਾਸ਼ਾਅੱਲਾ ਜੀ ਹਾਈਟ ਵੇਖਣੀ ਹੈ ਬਾਡੀ ਸਕੋਰ ਚੰਗਾ ਹੋਵੇ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਜਿਸਮ ਤੇ ਪਸ਼ਮ ਵੀ ਚੈੱਕ ਕਰਨੀ ਜੱਤਾਂ ਲੈ ਮਾਸ਼ਾਅੱਲਾ ਜੀ ਥਣ ਪਾਵਰ ਵਾਲੇ ਨੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਥਣ ਵੀ ਸੋਹਣੇ ਪਹਿਲਨ ਹੋ ਗਏ ਸੋਹਣੇ ਪਾਵਰਫੁਲ ਥਣ ਨੇ ਮਾਸ਼ਾਅੱਲਾ ਜੀ ਵੱਖੀ ਛੋਟੀ ਵੱਖੀ ਛੋਟੀ ਪੱਠੇ ਲੇਟ ਪਾਏ ਨੇ ਵੱਖੀ ਛੋਟੀ ਇੱਕ ਘੱਡੀ ਸ਼ਕਲ
5 lakh ਵਾਲੀ, ਲੇਕਿਨ ਇੱਥੇ ਨਹੀਂ ਜੇ ਲੱਗਣਾ 5.25 ਇੱਥੇ ਕਿੰਨਾ ਲੱਗਣਾ? ਇੱਥੇ ਭਰਾਵਾਂ ਨੂੰ ਤੋਹਫੇ ਦੇਣੇ ਨੇ, ਜਿਹੜਾ ਭਰਾ ਲੈ ਜਾਏਗਾ ਬੰਨ ਲੇਗਾ 10 ਦਿਨ ਪੱਠੇ ਪਾ ਕੇ ਜਿੱਥੇ ਮਰਜ਼ੀ 4,70,000 ਦੀ ਮੇਰੀ ਝੋਟੀ ਵੇਚ ਲਏ। ਅਸਾਂ ਤਾਂ ਬਸ ਸੇਲ ਕਾਹਦੀ ਕਰਨੀ, ਇਲੈਕਸ਼ਨਾਂ ਦਾ ਦੌਰ ਹੈ, ਸਿਆਸੀ ਦੌਰ ਜਾ ਰਿਹਾ, ਜਿਹਦੀ ਵਜ੍ਹਾ ਨਾਲ ਸੇਲ ਲਾ ਰਹੀ ਹੈ, ਭਰਾਵਾਂ ਨਾਲ ਸਲਾਮ ਦਾ ਬਣਾਈ ਹੈ, ਬਣਾਉਣੀ ਹੈ, ਠੀਕ ਹੈ। 3,85,000 ਰੁਪਈਆ, ਕੋਈ 90-95 ਨਹੀਂ ਲਾਉਣਾ, ਐਵੇਂ ਜਾਇਜ਼ ਜਿਹਾ ਰੱਖ ਕੇ ਨਾ, ਆਂਡੇ ਦੀ ਜ਼ਰਦੀ ਦੁੱਧ ਤਾਂ ਗਾਂ ਕਰ, ਜ਼ਰਦੀ ਖਾਣੀ, ਸਫੈਦੀ ਵੀ ਨਹੀਂ ਖਾਣੀ? ਨਾ ਨਾ, ਸਫੈਦੀ ਖਾ ਕੇ ਤਾਂ ਬਹੁਤਾ ਮੋਟਾ ਹੋ ਜਾਣਾ, ਬਸ ਜ਼ਰਦੀ। ਨਹੀਂ, ਤੁਹਾਡੇ ਕਹਿਣ ਦਾ ਮਕਸਦ ਹੈ ਜੇ ਤੁਸੀਂ ਸਫੈਦੀ ਖਾਧੀ ਤੇ ਤੁਸੀਂ ਫਰੂਕ ਬਣ ਜਾਣਾ ਜਿਹੜਾ ਬੈਠਾ ਹੈ ਮੇਰਾ। ਫਰੂਕ ਸੁੱਤਿਆ ਨਹੀਂ ਉੱਠਦਾ, ਨਾ ਸੁੱਤਾ ਉੱਠਣਾ ਉਹਨੇ, ਅਸੀਂ ਵੀ ਖਾ ਲਾਂਗੇ ਜ਼ਰਦੀ, ਅਸੀਂ ਵੀ ਸੌਣਾ ਕਰਾਂਗੇ 8 ਵਜੇ ਤੱਕ, ਤੇ ਮਈਆਂ ਕਿੰਨੇ ਲਿਆਉਣੀਆਂ, ਚਵਾਈ ਕਿੰਨੇ ਕਰਨੀ ਹੈ, ਸ਼ੋਅ ਕਿੰਨੇ ਕਰਾਉਣਾ, ਫਿਰ ਸ਼ੋਅ ਕਿੰਨੇ ਕਰਾਉਣਾ? ਫਰਾਜ਼ ਭਾਈ, ਤੋਹਫਾ ਤੋਹਫਾ ਬ੍ਰਾਂਡ, ਮਾਸ਼ਾਅੱਲਾ ਬ੍ਰਾਂਡ ਹੈ। ਇਹ ਕੀ ਹੈ ਜੀ? ਇੱਕ ਅੱਖ ਕਾਲੀ ਤੇ ਇੱਕ ਬਿੱਲੀ ਹੈ, ਇਹ ਵੇਖੋ ਅੱਲਾ ਦੀਆਂ ਚੀਜ਼ਾਂ ਨੇ, ਇਹ ਅੱਲਾ ਨੂੰ ਪਤਾ ਹੈ, ਅੱਖ ਬਿੱਲੀ ਹੈ ਭਾਵੇਂ ਕਾਲੀ ਹੈ, ਝੋਟੀ ਦੀ ਸ਼ਰਾਫਤ ਇੰਨੀ ਕੁ ਹੋਏਗੀ, ਘਰ ਜਾ ਕੇ ਵੀ ਝੋਟੀ ਲੱਤ ਕਰਾਏ, ਦੁੱਧ ਥੋੜ੍ਹਾ ਦੇ ਦੇ ਵਾਪਸ। ਸੂਈ ਹੈ, ਸੂਈ ਹੈ, ਪੂਰੀ ਪੂਰੀ ਕੱਟੀ ਕੱਟੀ ਗਈ ਹੈ ਮਾਰ, ਇੱਕ ਰੁਪਈਆ ਵੀ ਨਹੀਂ ਨਫ਼ਾ ਲੈਣਾ, ਕੀ ਨਹੀਂ ਕਰਨਾ, ਇੱਕ ਰੁਪਈਆ ਵੀ ਨਫ਼ਾ ਨਹੀਂ ਲੈਣਾ, ਠੀਕ ਹੈ। ਝੋਟੀ ਘਰ ਜਾ ਕੇ ਦੁੱਧ ਦਾ ਬੰਦੇ ਦੀ ਮਰਜ਼ੀ ਦਾ ਨਾਂ ਤੇ, ਠੀਕ ਹੈ। ਲਿਆ ਬਾਈ, ਸੁਬਾ ਕਿਨਵਾਂ ਸੂਈ ਹੈ ਬਾਈ ਮੋਸਨ? ਹਾਂਜੀ, ਸੁਬਾ ਕਿਨਵਾਂ ਸੂਈ ਹੈ? ਪਹਿਲਾਂ ਪਹਿਲਾਂ ਝੋਟੀ, ਮਾਸ਼ਾਅੱਲਾ ਜੀ, ਲਿਬਾਸ ਵੀ ਚੰਗਾ ਕੀਤਾ, ਥਣ ਬਹੁਤ ਚੰਗੀ, ਖਲਾਰ ਹੋ ਜਾ ਇੱਥੇ। ਜੇ ਤੁਸੀਂ ਸੂਈ ਹੈ ਬਾਈ ਮੋਸਨ? ਫਰਾਜ਼ ਭਾਈ, ਹਈਏ ਝੋਟੀ ਵੇਖੋ, ਡਾਕਾ ਲਾਉਣ ਵਾਲਾ ਬਗੈਰਤ ਹੁੰਦਾ, ਝੋਟੀ ਨੂੰ ਤਕਰੀਬਨ ਹਜੇ ਥੋੜ੍ਹਾ ਹੀ ਟਾਈਮ, ਕੋਈ 9 ਕੁ ਘੰਟੇ ਹੋ ਗਏ ਨੇ, ਸ਼ਰਾਫਤ, ਓਏ ਹੋਏ ਸ਼ਰਾਫਤ, ਅੱਲਾ ਦੀ ਮਿਹਰਬਾਨੀ, ਬੇਬਾ ਸ਼ਰਾਫਤ, ਪਹਿਲਾਂ ਹੋ ਕੇ ਸ਼ਰਾਫਤ, ਭਾਰੇ ਤੇ ਨਾ ਪਸਮੇ, ਇੱਕ ਰੁਪਈਆ ਨਹੀਂ ਲੈਣਾ ਕਿਹਦੇ ਤੇ, ਭਾਰੇ ਦੋਸਤਾਂ ਵੇਖਨੇ ਨੂੰ ਚਵਾਈ, ਦੋਵੇਂ ਟਾਈਮ ਭਾੜੇ ਤੇ ਸੁਆ, ਪਹਿਲਾਂ ਸੂਈ ਜ਼ਿਆਦਾ ਮਰ ਗਿਆ ਵੇ, ਪਹਿਲਾਂ ਝੋਟੀ ਹੈ, ਨੰਬਰ 6 ਤੇ ਚੈੱਕ ਕਰਾਨੇ ਆ ਵੀ ਦਿਨ ਕਿੰਨੇ ਕੋ ਕਿੰਨੇ ਸੋਇਆ ਨੂੰ? ਫਰਾਜ਼ ਭਾਈ, ਦਿਨ ਤਕਰੀਬਨ ਇਹਨੂੰ ਹੋ ਗਿਆ 6ਵਾਂ ਬੋਲਾ ਬਣੇਗਾ, 6ਵਾਂ ਦਿਨ ਬੋਲੇ ਦੇ ਵੇਲੇ ਬੋਲਾ ਭਾਈ ਜਨ ਕੀ ਜੀ, ਬੋਲਾ ਕਿੰਨਾ ਤੇ ਕੋਲ? ਬੋਲਾ ਅੱਲਾ ਦੇ ਹੁਕਮ ਨਾਲ 10 ਸਿਰ ਹੋਏਗਾ ਝੋਟੀ ਕੋਲ, ਚੋਣੇ ਚੋਣੇ ਜਾਤ ਮਗਰ ਨਹੀਂ ਜਾ ਮਾਰ ਗਿਆ ਬੋਲਾ, ਦੋਵਾਂ ਟਾਈਮਾਂ ਦਾ ਟੋਟਲ 10 ਕਿਲੋ ਪੁੱਠਾ ਵੀ ਦੋਸਤਾਂ ਵੇਖਣਾ, ਮਾਸ਼ਾਅੱਲਾ ਜੀ, ਠੀਕ ਭਾਈ ਪਰਦਾ ਕੇ ਲਿਆਓ ਜੀ, ਨੰਬਰ 6 ਤੇ ਚੈੱਕ ਕਰਾਈਏ, ਪਹਿਲਾਂ ਝੋਟੀ ਹੈ ਫਰਾਜ਼ ਭਾਈ, ਪੂਰੀ ਭਲਵਾਨ, ਮਾਸ਼ਾਅੱਲਾ ਜੀ, ਲਿਆਓ ਭਾਈ ਜਾਨ, ਲੈ ਚਲੋ ਲੰਮੀ ਟੋਰ ਕੇ ਲੈ ਚਲੋ, ਮਾਸ਼ਾਅੱਲਾ ਜੀ, ਝੋਟੀ ਨੰਬਰ 6 ਸੀ, ਪਹਿਲਾਂ ਝੋਟੀ ਹੈ ਜੀ ਭਾਈ ਮੋਸਨ, ਕੀ ਕੀਮਤ ਹੈ ਜੀ ਝੋਟੀ ਨੰਬਰ 6 ਦੀ? ਫਰਾਜ਼ ਭਾਈ, ਇਹ ਜੋ ਝੋਟੀ ਹੈ ਨਾ ਹਮਾਰੀ, ਅੱਲਾ ਕੀ ਰਹਿਮਤ ਸੇ ਕਿਸੀ ਕੇ ਘਰ ਵੀ ਜਾਏਗੀ ਨਾ, ਯਾਦ ਕਰੇਗਾ ਕੋਈ, ਹਮ ਕਿਆ ਬੋਲਾ, ਹਮਨੇ ਨਫਾ ਨਹੀਂ ਲੈਣਾ, ਨਫਾ ਨਹੀਂ ਲੈਣਾ ਜਾ ਮਰਨ ਨਾਲ, ਅੱਗੇ ਵੀ ਨਫਾ 5-7 ਹਜ਼ਾਰ ਲਈਦਾ, ਉਹ ਵੀ ਨਹੀਂ ਲੈਣਾ, ਝੋਟੀ ਗਲਤ, ਝੋਟੀ ਹਮਾਰੀ ਗਲਤ ਹੋਏ, ਹਮ ਜ਼ਿੰਮੇਦਾਰ ਹੋਵੇ, ਕਿਸੀ ਚੀਜ਼ ਦੀ ਟੈਨਸ਼ਨ ਨਹੀਂ, ਜ਼ਿੰਦਾਬਾਦ ਅੱਲਾ ਦੇ ਕਰਨਾ, ਦੁੱਧ ਹੁਣ ਵੀ ਚੋਵੋ ਤੇ ਅੱਲਾ ਦੀ ਮਿਹਰਬਾਨੀ ਨਾਲ 5 ਸਿਰ ਦੁੱਧ ਦੇਗੀ, 4.5-5 ਸਿਰ ਦੁੱਧ ਇੱਕ ਟਾਈਮ ਦਾ, ਇੱਕ ਟਾਈਮ ਕਿ ਦੋਵਾਂ ਟਾਈਮਾਂ ਦਾ? ਇੱਕ ਟਾਈਮ ਦਾ, ਤੇ 3,55,000 ਰੁਪਈਆ ਝੋਟੀ ਦਾ, 3,55,000 ਦੁੱਧ 10 ਕਿਲੋ, ਦੋਏ ਟਾਈਮ ਕੋਈ ਭਰਾ ਆਏ ਸਾਡੇ ਕੋਲ ਆ ਕੇ ਚੋਏ, ਅੱਲਾ ਦੁਰਾ ਕਰੇ ਜੀ, ਬਿਹਤਰ ਹੋ ਗਿਆ ਕਿ ਬਾਈ ਲਓ ਜੀ ਨੰਬਰ 7 ਵਾਲੀ, ਨੰਬਰ 7 ਨੰਬਰ 6 ਤੇ ਚੈੱਕ ਕਰਾਈਏ ਕੀਮਤ ਡਿਮਾਂਡ, 3,55,000 ਅੱਗੇ ਬਾਈ ਲਓ ਜੀ ਨੰਬਰ 7 ਵਾਲੀ, ਫਰਾਜ਼ ਭਾਈ ਮਾਸ਼ਾਅੱਲਾ, ਇੱਕ ਹੱਡੀ ਝੋਟੀ ਦੀ ਹੋਏਗੀ, ਥਣ ਝੋਟੀ ਦਾ ਮੁੱਠੀ ਹੋਏਗਾ, ਮਾਸ਼ਾਅੱਲਾ ਜੀ, ਹੱਡੀ ਦੋਸਤਾਂ ਵੇਖਣੀ ਹੈ ਹੋਏਗੀ, ਠੀਕ ਹੈ, ਸ਼ਰਾਫਤ ਬੇਬਾ ਹੋਏਗੀ ਝੋਟੀ ਦੀ, ਸੁਬਾ ਕਿੰਨਵਾਂ ਸੁਣਾ ਨੇ? ਦੂਜਾ ਸੁਬਾ ਸੂਈ ਜੇ, ਸੁਬਾ ਦੂਸਰਾ ਸੂਈ ਹੈ ਜੀ, ਜਾ ਕੇ ਲਿਆਓ ਜੀ, ਫੁਕੀ ਸਾਹਿਬ ਕਿਦੋਂ ਦੀ ਸੂਈ ਹੈ? ਫਰਾਜ਼ ਭਾਈ, ਸੂਈ ਨੂੰ ਤਕਰੀਬਨ ਇਹ ਕੱਟੀ ਹੈ ਜੀ, ਸ਼ਾਹ ਕਾਲੀ, ਇਹ ਪਿੱਛੇ ਦੇ ਕਾਲੀ ਕੱਟੀ, ਕਾਲਾ ਬ੍ਰਾਂਡ ਪਿੱਛੇ ਦੇ, ਹਾਂਜੀ,
ਫਰੋਕੀ ਦੇ ਹੱਥ 'ਚ ਕਾਲਾ ਬ੍ਰਾਂਡ ਕਦੋਂ ਦੀ ਸੂਈ ਹੈ ਭਾਈ ਜਾ ਕੇ ਕਰੋ ਜੀ ਭਾਈ ਸੂਈ ਨੂੰ ਤਕਰੀਬਨ 10 ਦਿਨ ਹੋ ਗਏ 10 ਕੁ ਦਿਨ ਹੋ ਗਏ ਨੇ ਕੋਈ ਛੋਟੀ ਝੋਟੀ ਨਹੀਂ ਪਹਿਲਵਾਨ ਝੋਟੀ ਮਾਸ਼ਾਅੱਲਾ ਜੀ ਥਣ ਵੀ ਸੋਹਣੇ ਮੁੱਠੀ ਲੱਗੇ ਨੇ ਨੰਬਰ ਆ ਗਈ ਇਹ 7 ਦੇ ਪਿੱਛੇ ਦੇ ਕੱਟੀ ਕਰਮਾਂ ਦੋ ਹੀ ਨੇ ਦੁੱਧ ਕਿੰਨਾ ਕਿ ਭਾਈ ਮਸਨ ਸਾਹਿਬ ਦੇ ਕੋਲ ਭਾਈ 14 ਕਿਲੋ ਦੀ ਗਰੰਟੀ ਹੋਏਗੀ ਨਾ 15 ਤੇ ਨਾ 16 14 ਕਿਲੋ ਝੋਟੀ ਮੇਰੀ ਦੇਗੀ ਦੁੱਧ 7 ਕਿਲੋ ਦੁੱਧ ਟਾਈਮ ਦਾ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਵੇਖਣਾ ਥਣ ਵੀ ਮਾਸ਼ਾਅੱਲਾ ਜੀ ਸੋਹਣੇ ਮੁੱਠੀ ਲੱਗੇ ਨੇ ਬਾਈ ਖਿਲਾ ਰਹੇ ਉੱਥੇ ਜ਼ਰਾ ਵੇਲ ਕਾਫੀ ਹੈ ਜੱਤਾਂ ਦੇ ਜਿਸਮ ਦੇ ਦੋਸਤਾਂ ਪਸ਼ਮ ਚੱਕ ਕਰਨੀ ਹੈ ਚਾਹੀਦੀ ਸੋਹਣੀ ਝੋਟੀ ਨਹੀਂ ਚੰਗੀ ਸੋਹਣੀ ਮੱਥੇ ਦੀ ਬੋਲੀ ਅੱਲਾ ਦੇ ਹੁਕਮ ਨਾਲ ਸੋਹਣੀ ਝੋਟੀ ਵੇਖੋ ਮਾਸ਼ਾਅੱਲਾ ਤੇ ਮੁੱਲ ਕੋਈ ਨਹੀਂ ਜਿੰਨੀ ਜਾਨ ਹੈ ਮੇਰੀ ਝੋਟੀ 'ਚ ਜਿੰਨਾ ਕੱਦ ਦੇ ਠੀਕ ਇਹਦੇ ਨਾਲ ਦੀਆਂ 4.5 ਲੱਖ ਦੀਆਂ ਜੋ ਦੁੱਧ ਲੈ ਮਿਨ ਜਾਈਏ ਨਾ 4.5 ਲੋਕੀ 5-5 ਲੱਖ ਰੁਪਈਆ ਸੁਣਾ ਤੋਰੇ ਭਾਈ ਜ਼ਰਾ ਇਹ ਜੀ ਚੱਕਰ ਲਵਾ ਕੇ ਪਰਤਾਇਓ ਸੁ ਪਿੱਛੇ ਦੇ ਕੱਟੀ ਹੈ ਮਾਸ਼ਾਅੱਲਾ ਜੀ ਦਿਨ 10 ਕੋ ਗਏ ਨੇ ਸੁਬਾ ਦੂਸਰਾ ਸੂਈ ਮਾਸ਼ਾਅੱਲਾ ਜੀ ਰਵੇਲ ਕਾਫੀ ਹੈ ਵੀ ਸਿਹਤਮੰਦ ਹੈ ਠੀਕ ਭਾਈ ਲਿਆਓ ਜੀ ਇਹ ਪਿੱਛੇ ਦੇ ਕੱਟੀ ਜਾ ਵੀ ਦੋਸਤਾਂ ਵੇਖਣਾ ਲੰਮੀ ਢੋਲ ਕੇ ਲੈ ਚਲੋ ਭਾਈ ਜਾ ਕੇ ਕਰੋ ਫਰੂਕੀ ਸਾਹਿਬ ਠੀਕ ਭਾਈ ਲੰਮੀ ਢੋਲ ਕੇ ਲੈ ਚਲੋ ਆਓ ਜੀ ਭਾਈ ਮਸਨ ਸਾਹਿਬ ਝੋਟੀ ਨੰਬਰ 7 ਦਾ ਰੇਟ ਲਾਓ ਜੀ ਸੁਣੋ ਜੀ ਬਰਾਲ ਭਾਈ ਝੋਟੀ ਨੰਬਰ 7 ਦਾ ਰੇਟ ਇੱਕ ਗੱਲ ਪਹਿਲਾਂ ਸੁਣ ਲਓ ਇਹ ਭਾਰੇ ਦੇ ਪਸਮ ਦੀ ਬਾਅਦ ਜਾ ਛੱਡੀ ਅੱਛਾ ਠੀਕ ਹੈ ਭਾਰੇ ਦੇ ਝੋਟੀ ਨਾ ਪਸਮੇ ਕਿਸੇ ਦੇ ਘਰ ਵੀ ਜਾ ਕੇ ਭਾਰੇ ਦੇ ਝੋਟੀ ਨਾ ਪਸਮੇ ਆਉਣ ਜਾਣ ਦਾ ਕਿਰਾਇਆ ਹੀ ਦੇਵਾਂਗੇ ਮਾਜੂ ਨਾਲ ਬੁਲਾ ਲਾਂਗੇ ਠੀਕ ਹੈ ਸ਼ਰਾਫਤ ਪੂਰੀ ਹੋਏਗੀ ਮੱਝ ਜਾ ਨਾਲ ਪਹਿਲਾਂ ਭਾਰੇ ਦੇ ਪਸਮੇ ਬਾਅਦ ਜਾ ਨੂੰ ਜਿੰਨਾ ਚਿਰ ਮਰਜ਼ੀ ਛੱਡੋ ਕੋਈ ਟੈਨਸ਼ਨ 3,90,000 3,90,000 ਅੱਗੇ ਬਾਈ ਲਓ ਜੀ ਨੰਬਰ 8 ਕਿੱਥੇ ਨੰਬਰ 8 ਵਾਲੀ ਰਾਜਾ ਭਾਈ ਆਓ ਰੋਜਾ ਚਿਕਲਾਰ ਐਵੇਂ ਨਾ ਕੋਈ ਆਸ਼ਰੇ ਐਵੇਂ ਨਾ ਆਸ਼ਰੇ ਦੇ ਕਮੋਸਨ ਨੇ ਆਪਣੇ ਜੀ ਲਾ ਰਹੀਏ ਸਾਰੀਆਂ ਮਈਆਂ ਨਾਲ ਲਿਬਾਸ ਬਹੁਤਾ ਹੋਏਗਾ ਮੇਰੀ ਝੋਟੀ ਦਾ ਨਹੀਂ ਆਫਰ ਕੀ ਹੁਣ ਆਫਰ ਇਹੋ ਹੀ ਲਾਈ ਸੀ ਗੱਲ ਘਰ ਛੱਡੀਏ ਜਿਹੜੇ ਬੰਦੇ ਜੱਟ ਬਾਜੂਏ ਹੁੰਦੇ ਉਹਨਾਂ ਗੱਲ ਘਰ ਸੀ ਤੇ ਬਸ ਖਲਾ ਆਫਰ ਇਹੋ ਹੀ ਸਾਰਾ ਮਾਲ ਕੋਈ ਬੰਦਾ ਲਏ ਮੈਂ ਹੀ ਫਰੀ ਇਹ ਮੈਂ ਪੂਰੀ ਫਰੀ ਪੂਰੀ ਫਰੀ ਨਾਲ ਕੱਟਾ ਵੀ ਅੱਲਾ ਦੇ ਹੁਕਮ ਨਾਲ ਪਿੱਛੇ ਕੱਟੀ ਜੀ ਕੱਟਾ ਕੱਟਾ ਪਿੱਛੇ ਬੋਲਾ ਸੋਨਾ ਉਹ ਵੀ ਨਾਲ ਹੀ ਨਾਲ ਹੀ ਕੇ ਨਾਲ ਕੱਟਾ ਨਾਲ ਮੱਝ ਦੁੱਧ 4 ਕਿਲੋ ਬੱਚੇ ਨੂੰ ਛੱਡ ਕੇ ਨਾ ਦੇ ਸਾਰੇ ਆਫਰ ਸਮੇਤ ਮਾਲ ਵਾਪਸ ਕੀਤਾ ਜਾਏਗਾ ਰੁਪਈਏ ਦਿੱਤੇ ਜਾਣਗੇ ਮਾਲ ਫਿਰ ਅਸੀਂ ਲਾਂਗੇ ਵੀਡੀਓ ਦੀਆਂ ਗੱਲਾਂ ਨੇ ਖਾਓ ਓਨਾ ਕੁ ਜਿੰਨਾ ਕੁ ਪਹੁੰਚਾ ਲਓ ਗੱਲ ਓਨੀ ਕੁ ਕਰੀ ਦੀ ਹੈ ਜਿੰਨਾ ਪੂਰਾ ਚੱਲ ਲਓ ਅੱਲਾ ਦੇ ਕਹਿੰਦਾ ਸਾਡੀ ਅੱਜ ਵੀ ਗੱਲ ਨਾ ਕਰੋ ਤੁਸੀਂ 10 ਦਿਨਾਂ ਨੂੰ ਹੀ ਹੋਏਗਾ ਵੇਖ ਲਓ ਕਿਤੇ ਘਾਟਾ ਹੀ ਨਾ ਪਵਾ ਲਿਓ ਅੱਲਾ ਦੀ ਮਿਹਰਬਾਨੀ ਘਾਟੇ ਜੇ ਪੈਣੇ ਨੇ ਤਾਂ ਪੂਰੇ ਵੀ ਓਨੇ ਹੀ ਕਰਨੇ ਨੇ ਲਿਆਓ ਭਾਈ ਝੋਟੀ ਜ਼ਰਾ ਖੋਲੋ ਝੋਟੀ ਆ ਸੁਣੀ ਲੇਕਿਨ ਮੋਹਸਨ ਸਾਹਿਬ ਨੇ ਗੱਲ ਸਮਝੂ ਬਾਹਰੀ ਹੋ ਗਈ ਹੈ ਕਿ ਲਾਹੜੀ ਸੇਲ 'ਚ ਕਿ ਜਿਹੜਾ ਦੋਸਤ ਟੋਟਲ ਜਾਨਵਰ ਨੇ 12 ਯਾਨੀ ਕਿ ਜਿਹੜਾ ਦੋਸਤ 11 ਜਾਨਵਰ ਲਏ ਉਹਨੂੰ ਇੱਕ ਝੋਟੀ ਫਰੀ ਫਰੀ ਅੱਲਾ ਦੇ ਕੰਮ ਕੱਟਾ ਕੱਟਾ ਵੀ ਫਰੀ ਸੁਬਾ ਕਿੰਨਵਾਂ ਸੂਈ ਹੈ ਤੇ ਕਿਦੋਂ ਦੀ ਸੂਈ ਹੈ ਫਰਾਜ਼ ਭਾਈ ਸੁਬਾ ਝੋਟੀ ਦੂਸਰਾ ਸੂਈ ਹੈ ਪਿੱਛੇ ਕੱਟਾ ਝੋਟੀ ਦੀ ਚੋਣ ਸੋਹਣੀ ਹੋਏ ਲਿਆਓ ਭਾਈ ਪਿੱਛੇ ਦੇ ਕੱਟਾ ਬਰੀਕ ਚਮੜੀ ਹੈ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖਣਾ ਬਰੀਕੀ ਚੈੱਕ ਕਰਨੀ ਹੈ ਸੁਬਾ ਦੂਸਰਾ ਵੇ ਬਿੱਲੀਆਂ ਅੱਖਾਂ ਨੇ ਦੋ ਅੱਖਾਂ ਦੀ ਰੰਗਤ ਵੀ ਸੇਮ ਹੈ ਫਰੂਕੀ ਸਾਹਿਬ ਲਿਆਓ ਜਾ ਤਾਂ ਅੱਗੇ ਰੁਕਾ ਬੱਚਾ ਝੁਕ ਲੈ ਕਿਦੋਂ ਦੀ ਸੂਈ ਹੈ ਭਾਈ ਮਸਨ ਫਰਾਜ਼ ਭਾਈ ਆ ਕੱਟੀ ਹੈ ਪਿੱਛੇ 6-7 ਦਿਨ ਹੋਏ ਨੇ ਕੱਟਾ ਕੱਟਾ ਕਿਦੋਂ ਦੀ ਸੂਈ ਹੈ ਸੂਈ ਨੂੰ ਤਕਰੀਬਨ 6ਵਾਂ ਦਿਨ ਜੇ 6ਵਾਂ ਦਿਨ ਨੇ ਦੁੱਧ ਕਿੰਨਾ ਕਿਹਦੇ ਕੋਲ ਦੁੱਧ ਹੋਣ ਵੀ ਇਨਸ਼ਾਅੱਲਾ ਸਾਰਾ ਦੁੱਧ ਮੈਂ ਕੋਲ ਹੋਏਗਾ 10 ਕਿਲੋ 10 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੁੱਧ 10 ਕਿਲੋ ਵੇ ਸੁਬਾ ਦੂਸਰਾ ਵੇ ਮਾਸ਼ਾਅੱਲਾ ਜੀ ਥਣ ਵੀ ਦੋਸਤਾਂ ਵੇਖਣੇ ਨੇ ਥਣਾਂ ਦੀ ਵੱਟ ਵੀ ਚੈੱਕ ਕਰਨੀ ਹੈ ਫਰਾਜ਼ ਭਾਈ ਮਾਸ਼ਾਅੱਲਾ ਅੱਲਾ ਦੀ ਰਹਿਮਤ ਨਾਲ ਫਿਰ ਲਿਬਾਸ ਬੜਾ ਝੋਟੀ ਕੋਲ ਠੀਕ ਹੈ ਉਂਝ ਕੋਈ ਝੋਟੀ ਲਏ ਸਾਡੇ ਕੋਲ ਚੈੱਕ ਕਰਾਓ ਉਂਝ ਕੀਮਤ ਕੀ ਹੈ ਦੀ ਉਂਝ 2,60,000 ਦੀ ਝੋਟੀ 2,60,000 2,60,000 ਦੀ ਮਾਨੀ ਗੱਲ ਇਹ ਨੁਕਸਾਨ ਨਾਲ ਝੋਟੀ ਦੇਨੇ ਆ ਬੇ ਕੋੜ ਗੱਲ ਉਹ ਕੀ ਵਜ੍ਹਾ ਕੱਲ ਝੂਠ ਨਹੀਂ ਮਾਰਨਾ ਨਾ ਸਿੱਖਿਆ ਮਾਰਨਾ ਤਿੰਨ ਥਣ ਟਨਾ ਟਨ ਚੌਥੇ ਥਣ 'ਚ ਵੀ ਦੁੱਧ ਬਰਾਬਰ ਆਏਗਾ ਲੇਕਿਨ ਥਣ ਘੁੱਟੀਏ ਤਾਂ ਦੁੱਧ ਥੋੜ੍ਹਾ ਤਾਂ ਜਾ ਕੇ ਫਸਾ ਲੈਂਦਾ ਸਮਝਦੇ ਹੋ ਨਾ ਕਿਹੜੇ ਥਣ 'ਚ ਐ ਪਰਦੇ ਥਣ
ਪਿਛਲਾ ਬੈਣੀ ਵਾਲਾ ਨਹੀਂ, ਦੂਸਰਾ ਦੂਸਰਾ ਠੀਕ ਹੈ। ਦੁੱਧ ਬਰਾਬਰ ਹੋਏਗਾ ਥਾਣਾ 'ਚ? ਅੱਛਾ, ਦੁੱਧ ਬਰਾਬਰ ਹੋਏਗਾ ਭਰਾ ਮੇਰੇ ਸਮਝਦੇ ਨੇ, ਲੇਕਿਨ ਘੁੱਟੀਏ ਤਾਂ ਸਾਲ ਲੈਂਦਾ, ਘੁੱਟ ਕੇ ਧਾਰ ਮਾਰ ਕੇ ਫਿਰ ਥੋੜ੍ਹਾ ਪੋਲਾ ਕਰੀ ਅਤੇ ਫਿਰ ਦੁੱਧ ਉੱਤੋਂ ਆਉਂਦਾ ਜੀ। ਬਿਹਤਰ ਹੋ ਗਿਆ, ਠੀਕ ਹੈ। ਗੱਲ ਹੱਕੀ ਸੱਚੀ ਹੋਏਗੀ, ਅਸੀਂ ਹਰਾਮ ਨਹੀਂ ਖਾਣਾ ਚਾਹੁੰਦੇ, ਨਾ ਸਾਨੂੰ ਕਿਸੇ ਦੱਸਿਆ। ਮਾਸ਼ਾਅੱਲਾ, ਮਾਲ ਘੱਲੀ ਦਾ ਥੋੜ੍ਹੇ ਬਹੁਤੇ ਪੈਸੇ ਰਹਿ ਜਾਂਦੇ ਨੇ, ਉੱਥੋਂ ਜਾ ਕੇ ਗੱਡੀ ਵਾਲਾ ਪੈਸੇ ਦੇ। ਮਾਸ਼ਾਅੱਲਾ, ਅੱਲਾਹ ਦੇ ਹੁਕਮ ਨਾਲ ਗੱਲ 16 ਦੀ ਹੋਏਗੀ। ਲਿਆਓ ਭਾਈ ਟੋਰੋ ਜੀ, ਸਾਨਾਂ ਦਾ ਟਾਈਮ ਹੋ ਗਿਆ। ਟੋਰੋ, ਕੀਮਤ 2,60,000 ਬਿੱਲੀਆਂ ਖਾਣੇ ਝੋਟੀ ਸੋਹਣੀ ਮਾਸ਼ਾਅੱਲਾ ਜੀ। ਪਿੱਛੇ ਦੇ ਕੱਟਾ ਵੇ ਨੰਬਰ 8 ਦੇ ਚੈੱਕ ਕਰਾਈਏ, ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾਮ। ਇਹ ਫਰਾਜ਼ ਭਾਈ ਵੇਖ ਜਾ ਕੇ ਲਈਏ, ਪੈਂਦੀ ਜੇ ਮੈਨੂੰ 2,00,000 ਤੇ ਤਕਰੀਬਨ 85,000 ਤੇ ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾਮ। ਪੇਗਾਮ ਇਹੋ ਹੀ ਹੈ, ਸਾਰੇ ਭਰਾ ਸਾਡੀ ਵੀਡੀਓ ਵੇਖਦੇ ਨੇ, ਸਾਰਿਆਂ ਨੂੰ ਸਾਡੀ ਤਰਫੋਂ ਸਲਾਮ ਹੈ। ਮਾਲ ਵੇਖਣ ਸਾਡਾ, ਇਨਸ਼ਾਅੱਲਾ ਤਾਲਾ ਅੱਖਾਂ ਮੀਟ ਕੇ ਲੈਣ। ਸਾਡੇ ਮਾਲ 'ਚ ਦੋ ਨੰਬਰੀ ਨਹੀਂ ਹੋ ਸਕਦੀ, ਕਿਉਂਕਿ ਅਸੀਂ ਗੱਲ 1 ਨੰਬਰ ਕਰਨੀ ਹੈ ਅਤੇ ਮਾਲ 1 ਨੰਬਰ ਦੇ। ਮਾਸ਼ਾਅੱਲਾ, ਤਾਂ ਵੇਖੋ ਸਾਰੇ ਭਰਾ ਬੈਠੇ, ਰੌਣਕਾਂ ਲੱਗੀਆਂ, ਗੱਡੀਆਂ ਖਲੋਤੀਆਂ ਨੇ। ਸਾਰਾ ਦਿਨ ਦੁੱਧ ਚੱਲਦਾ, ਜਲੇਬੀਆਂ ਚੱਲਦੀਆਂ, ਅੱਲਾ ਦਾ ਕਰੋੜ ਸ਼ੁਕਰ ਹੈ। ਜਿੰਜ ਲੋਕ ਚਵਲ ਮਾਰਦੇ ਨੇ, ਅੱਲਾ ਦੁਗਣਾ ਦਿੰਦਾ, ਸ਼ੁਕਰ ਹੈ ਅੱਲਾ ਦਾ, ਜਿੰਨਾ ਵੀ ਕਰੀਏ ਥੋੜ੍ਹਾ। ਜ਼ਿੰਦਾਬਾਦ ਜੀ ਭਾਈ ਸ਼ਾਹ, ਬਹੁਤ ਸ਼ੁਕਰੀਆ, ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।